ਤੇਰਾ ਹੈਲਮਟ ਕਿੱਥੇ ਆ? ਹੈਲਮਟ ਤਾਂ ਜਨਾਬ ਹੈ ਨਹੀਂ। ਹੈਲਮਟ ਹੈ ਨਹੀਂ ਗਾ? ਫਿਰ ਤਾਂ ਤੇਰਾ ਚਲਾਨ ਕੱਟ ਹੋਊਗਾ, ਘੱਟੋ ਘੱਟ 1000 ਰੁਪਏ ਦਾ। ਜਾਣ ਦੋ ਜਨਾਬ, ਗਰੀਬ ਬੰਦਾ ਕਿੱਥੇ ਚਲਾਨ ਭੁਗਤਦਾ ਫਿਰੂੰਗਾ। ਉਹ ਕੁਝ ਲੈਸ ਕਰ ਦਈਏ ਜਨਾਬ। ਮੇਰੇ ਕੋਲ ਤਾਂ ਲੈਸ ਜੋਗੇ ਵੀ ਹੈ ਨਹੀਂ। ਫਿਰ ਸਾਹਿਬ ਨੂੰ ਪੁੱਛਣਾ ਪੈਣਾ। ਜਨਾਬ ਇਹ ਕਹਿੰਦਾ ਮੇਰੇ ਕੋਲ ਕੁਛ ਨੀ ਦੇਣਗਾ। ਜਨਾਬ ਕਹਿੰਦੇ ਰਗੜ ਦੋ। ਹਾਂ ਰਗੜ ਦਈਏ। ਜਾਣ ਦੋ ਜਨਾਬ, ਕੁਛ ਨਾ ਕੁਛ ਤਾਂ ਕੱਢ। ਥੋੜੇ ਬਹੁਤ ਹੈਗੇ ਜਨਾਬ। ਜਨਾਬ ਇਹ ਕਹਿੰਦਾ ਬੋਤਲ ਜੋਗੇ ਹੈ ਨੀ ਗੇ, ਆਂਡੇ ਜੋਗੇ ਹੈਗੇ ਆ। ਨਾ ਬਈ ਸਾਹਿਬ ਮੰਨ ਗਈ, ਨਿਕਲ ਜਾ ਨਿਕਲ ਜਾ। ਮੇਰਾ ਨਾਂ ਹੈ ਹੌਲਦਾਰ ਘਸੀਟਾ, ਮੈਂ ਕੁੜਦਾ ਜ਼ਿਆਦਾ ਤੇ ਘਸੀਟਦਾ ਘੱਟ ਆ, ਮੈਂ ਤਾਂ ਚਾੜ ਦੂੰ ਕੁੱਤੀਆਂ ਕੀ ਰਿਆਂ ਤੇ। ਹੀਰੋ ਜਿਹਾ ਲੱਗਦਾ, ਬੜੇ ਬੋਧੇ ਸ਼ੋਧੇ ਬਾਈ। ਉਹ ਗੱਲ ਸੁਣ, ਕਦੀ ਕੋਈ ਕੁੜੀ ਕੜੀ ਫਸਾਈ ਆ? ਜਨਾਬ ਮੌਕਾ ਮਿਲੇ ਤਾਂ ਕੁੜੀ ਵੀ ਫਸਾ ਲਈ ਦੀ ਹੈ ਜੀ। ਕਿੱਦਾਂ? ਇੱਦਾਂ ਜੀ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਰ ਦਿੱਤੀਆਂ, ਹੋਰ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ, ਨਾਂ ਨੂੰ ਪੁੱਛ ਕੇ ਕਿੱਥੇ ਰਹਿੰਦੇ ਹੋ, ਕੀ ਕਰਦੇ ਹੋ, ਇੱਧਰ ਦੀਆਂ ਗੱਲਾਂ ਪੁੱਛ ਕੇ ਕੁੜੀ। ਅੱਛਾ ਅੱਛਾ ਅੱਛਾ, ਮੈਂ ਕੁੜੀ ਫਸਾ ਲੈਣਾ। ਭੂਤ ਨਹੀਂ ਦਾ ਇੱਧਰ ਆ ਜਾ, ਇੱਧਰ ਬੈਠਕਾਂ ਕੱਢ ਇੱਥੇ 15। ਜਨਾਬ ਜਾਣ ਕੱਢ ਕੱਢ 15 ਬੈਠਕਾਂ। ਜਨਾਬ ਉਹ ਕੱਟ ਕੱਜ ਹੈ, ਚੰਗੀ ਤਰ੍ਹਾਂ ਕੱਢ। ਜਨਾਬ ਜਾਣ ਦੋ ਜੀ, ਬਸ ਜਨਾਬ ਲੱਤਾਂ ਵੀ ਦੁਖਣ ਲੱਗ ਗਿਆ। ਰੁਕ 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 ਜਾ ਰੁਕ ਜਾ, ਹੁਣ ਬੋਲ ਕੇ ਵਿਖਾ। ਹੁਣ ਬਣੀ ਆ ਗੱਲ, ਨਾ ਗੱਲ ਸੁਣ, ਹੁਣ ਕਿ ਕੁੜੀ ਨਾਲ ਗੱਲ ਕਰ ਸਕਦਾ? ਸਤਪਾਲ ਹਾਂਜੀ, ਲਿਆ ਮੈਡਮ ਨੂੰ। ਆਇਆ ਬੀਬਾ। ਓਏ ਇਹ ਸਾਡੇ ਖਾਸ ਮੈਡਮ ਨੇ, ਇਹਨਾਂ ਨੂੰ ਪਿੰਡ ਛੱਡ ਕੇ ਜਾਈ। ਚੱਲ ਹੋ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਸਤਿਆਨਾਸ਼ ਹੀ ਕਰਕੇ ਰੱਖਤਾ, ਐਡਾ ਵਧੀਆ ਮੈਂ ਸੁਪਨਾ ਲੈਣ ਦਿਆ ਸੀ, ਕਿੱਥੇ ਆ ਕੇ ਕੜੰਮ ਚੌਧਰੀ ਵਿੱਚ ਫਸ ਗਿਆ। ਜਾ ਓਏ ਮੇਰੇ ਸਵਰਗ ਦੇ ਨਜ਼ਾਰੇ ਹੀ ਖਰਾਬ ਕਰਤੇ ਤੂੰ। ਕੀ ਤੇ ਚਾਲ ਯਾਰ? ਆ 20 ਮੇਰੀ ਵੀ ਆ ਗਈ, ਆ 40 ਦੀ ਮੇਰੀ ਚਾਲ ਯਾਰ, 80 ਦੀ ਮੇਰੀ ਆਈ। ਉਹ ਪਹਿਲਾਂ ਪੱਤੇ ਦਾ ਵਿਖਾ ਲਾ। ਉਹ ਪੱਤੇ ਵੀ ਵਿਖਾ ਦੇਣਾ, ਕਾਲਾ ਨਾ ਪੈ, ਪਹਿਲਾਂ ਜੇਬ ਚੋਂ ਕੱਢ ਕੇ ਪੈਸੇ ਵੀ ਚੱਕ ਯਾਰ। ਉਹ ਸ਼ੇਰਾ ਕਿੰਤਾ ਕੋ ਕਰਦਾ ਆ, ਪੈਸੇ ਬਹੁਤ ਆ, ਆ ਲੈ ਫੜ ਪੈਸੇ। ਤੇ ਆ ਚੱਕ ਤੇਰਾ ਪਿਓ, 3-2-5 ਆ ਗਏ ਈ। ਓਹੋ ਮਰ ਗਿਆ ਉਹ ਮੇਰੇ ਰੱਬਾ, ਉਹ ਮਰ ਗਿਆ ਮੇਰੇ ਰੱਬਾ। ਨਹੀਂ ਭਾਵੇਂ ਜਿੱਤੋ ਭਾਵੇਂ ਹਾਰੋ, ਸਾਡਾ ਹਿੱਸਾ ਪੂਰਾ ਨਿਕਲਣਾ ਚਾਹੀਦਾ ਗਿਣ ਕੇ। ਸਮਝ ਆ ਗਈ ਨਾ ਸਾਹਿਬ ਦੀ ਗੱਲ? ਉਹ ਕੋਈ ਗੱਲ ਨੀ ਜਨਾਬ, ਤੁਸੀਂ ਸਾਡੀ ਰਖਵਾਲੀ ਕਰਨ ਦੇ ਆ, ਉਹ ਤੁਹਾਡਾ ਹਿੱਸਾ ਮਿਲ ਜੂ। ਨਾਲੇ ਸਾਡੇ ਹੁੰਦਿਆਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਡੇ ਹੁੰਦਿਆਂ ਕਾਹਦੀ ਘਬਰਾਹਟ ਜੀ, ਸਾਨੂੰ ਤਾਂ ਘਬਰਾਹਟ ਇਸ ਗੱਲ ਦੀ ਆ ਕੋਈ ਸਾਡੇ ਘਰ ਦਾ ਨਾ ਆ ਜਾਵੇ, ਤੁਸੀਂ ਬਸ ਉਹਦਾ ਖਿਆਲ ਰੱਖੋ। ਕਿਆ ਗੱਲ ਕਰਦੀ ਮੁੰਡਿਆ, ਸਾਡੇ ਹੁੰਦਿਆਂ ਤੇ ਕੋਈ ਪਿੰਦਾ ਨਹੀਂ ਪਰ ਨਹੀਂ ਮਾਰ ਸਕਦਾ। ਜ਼ਿਆਦਾ ਫੜਾ ਨਾ ਮਾਰੋ ਐਵੇਂ ਸਾਹਿਬ ਜੀ। ਓਏ ਜੁਆ ਖੇਡਦੇ ਆ, ਓਏ ਕਿੱਥੋਂ ਆ ਗਿਆ? ਓਏ ਬਚਾ ਬਚਾ ਬਚਾ। ਕੋਈ ਗੱਲ ਨੀ ਪੁੱਤ, ਗਧੇੜੀ ਕੇ ਚੜੇ ਨਾ, ਐਦਾਂ ਦਾ ਫਾਨਾ ਟੋਕੂ ਸਾਰੀ ਉਮਰ ਯਾਦ ਰੱਖੋਗੇ। ਓਏ ਬਾਲ ਬਾਲ ਬਚੇ ਅੱਜ ਯਾਰ, ਚਲੇ ਮੇਰਾ ਨਾਂ ਹੌਲਦਾਰ ਘਸੀਟਾ, ਮੈਂ ਕੁੜਦਾ ਜ਼ਿਆਦਾ ਹੁੰਦਾ ਤੇ ਘਸੀਟਦਾ ਘੱਟ ਹੁੰਦਾ, ਮੈਂ ਚੜ ਦੂੰ ਕੁੱਤੀਆਂ ਘੂਰਿਆਂ ਤੇ। ਆ ਹੈਲਮਟ ਤੇਰਾ ਹੀ ਆ ਜੀ? ਜਨਾਬ ਆਪਣਾ ਹੀ ਹੈ ਜੀ। ਫਿਰ ਲਾਇਸੈਂਸ ਵਾ,
ਲਾਇਸੈਂਸ ਹੈਗਾ ਜਨਾਬ ਆਪਣੇ ਆਰਸੀ ਆਰਸੀ ਵੀ ਹੈਗੀ ਹੈ ਜੀ ਆਰਸੀ ਵੀ ਹੈਗੀ ਆ ਉਹ ਗੱਲ ਸੁਣ ਆ ਮੋਟਰਸਾਈਕਲ ਕਿਹਦਾ ਜਨਾਬ ਇਹ ਮੋਟਰਸਾਈਕਲ ਹੈਗਾ ਐਸ ਡੀ ਐਮ ਦਾ ਕਿਹੜੇ ਐਸ ਡੀ ਐਮ ਦਾ ਉਹ ਮਹਾਰਾਜ ਜਿਹੜਾ ਤੁਸੀਂ ਸਮਝ ਰਹੇ ਉਹਦਾ ਨੀ ਮੇਰੇ ਕਹਿਣ ਦਾ ਪਤਾ ਸੋਹਰਿਆਂ ਦਾ ਮਾਲ ਅੱਛਾ ਅੱਛਾ ਇਹ ਸੋਹਰਿਆਂ ਦਾ ਮਾਲ ਆ ਹਾਂਜੀ ਜਨਾਬ ਮੈਂ ਚਾੜ ਦੂ ਕੁੱਤੀਆਂ ਘੋੜਿਆਂ ਤੇ ਤੇਰਾ ਨਾਂ ਕੀ ਆ ਜਨਾਬ ਮੇਰਾ ਨਾਂ ਹੀਲਾ ਤੇਰਾ ਨਾਂ ਮੇਰਾ ਜੀ ਵਸੀਲਾ ਤੇਰਾ ਨਾਂ ਹੀਲਾ ਇਹਦੇ ਨਾਲ ਵਸੀਲਾ ਉਹ ਗੱਲ ਸੁਣੋ ਨਾਲੇ ਤੇਰਾ ਵਿਆਹ ਨਵਾਂ ਹੋਇਆ ਨਾਲੇ ਮੋਟਰਸਾਈਕਲ ਨਵਾਂ ਜੀ ਫਿਰ ਵਧਾਈ ਤੇ ਜਾ ਜਨਾਬ ਦਰਅਸਲ ਵਿਆਹ ਚ ਖਰਚਾ ਹੋ ਗਿਆ ਜ਼ਿਆਦਾ ਇਸ ਕਰਕੇ ਪੈਸਾ ਸਾਡੇ ਕੋਈ ਹੈ ਨੀ ਤੇ ਵਧਾਈ ਅਸੀਂ ਦੇਣੀ ਨੀ ਅੱਛਾ ਅੱਛਾ ਵਧਾਈ ਨੀ ਦੇਣੀ ਕੋਈ ਗੱਲ ਨੀ ਪੁੱਤ ਕਿਹੜਾ ਦਾੜ ਥੱਲੇ ਆ ਕੇ ਵੇਖੀ ਘੋੜਨਾ ਲਾਉਂਦਾ ਹਾਂ ਹੈ ਓਏ ਆ ਮੋਟਰਸਾਈਕਲ ਬੰਦਿਆਂ ਨੂੰ ਚਲਾਇਆ ਕਰੋ ਹੌਲੀ ਅੱਗੇ ਟ੍ਰੈਫਿਕ ਬਹੁਤ ਖਰਾਬ ਹੀ ਅੱਗੇ ਬਹੁਤ ਐਕਸੀਡੈਂਟ ਹੋਏ ਆ ਜਨਾਬ ਸਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨੀ ਉੱਪਰ ਵਾਲਾ ਸਾਡੇ ਨਾਲ ਹੈ ਹੁਣ ਆਏ ਦਾੜ ਥੱਲੇ ਉਹ ਲਿਆ ਓਏ ਕੱਟ ਨਾ ਤਿੰਨਾਂ ਬੰਦਿਆਂ ਦਾ ਚਲਾਨ ਜਨਾਬ ਚਲਾਨ ਤਿੰਨਾਂ ਬੰਦਿਆਂ ਦਾ ਅਗਰ ਅਸੀਂ ਤਾਂ ਦੋ ਆ ਦੋ ਕਿੱਦਾਂ ਓਏ ਇੱਕ ਹੀਲਾ ਇੱਕ ਵਸੀਲਾ ਤੇ ਤੀਜਾ ਪੁੱਤ ਤੁਹਾਡਾ ਉੱਪਰ ਵਾਲਾ 35 ਰੁਪਏ ਲੀਟਰ ਪੈਟਰੋਲ ਲੈ ਜਾ ਸਸਤੇ ਰੇਟਾਂ ਤੇ ਪੈਟਰੋਲ ਲੈ ਜਾ ਸੰਤਾ ਬੰਤਾ ਨੂੰ ਲੁੱਟ ਕੇ ਲੈ ਜਾ ਲੈ ਜਾ ਕਿੱਦਾਂ ਜਨਾਬ ਪੈਟਰੋਲ ਚਾਹੀਦਾ 2 ਕੁ ਲੀਟਰ 2 ਲੀਟਰ ਪੈਟਰੋਲ ਜੀ ਸਿਰਫ 2 ਕੁ ਲੀਟਰ ਜਨਾਬ ਯਾਰ ਬੜਾ ਪਰਚੂਨ ਦਾ ਗਾਹਕ ਹੈ ਤੂੰ ਜਨਾਬ ਆਪਾਂ ਸਿਰਫ ਚੈੱਕ ਹੀ ਕਰਨਾ ਤੇਲ ਅਸਲੀ ਆ ਕਿ ਨਕਲੀ ਸੁਣ ਕੇ ਦੇਖੋ ਗੱਲ ਹੀ ਕੋਈ ਨਹੀਂ ਹਾਂ ਅਸਲੀ ਹੋਣਾ ਚਾਹੀਦਾ ਜੀ ਵੈਸੇ ਕੰਮ ਕੀ ਕਰਦੇ ਤੁਸੀਂ ਸਾਡਾ ਆਪਣਾ ਪੈਟਰੋਲ ਪੰਪ ਆ ਵਧੀਆ ਫਿਰ ਜਿੱਥੋਂ ਮਰਜ਼ੀ ਚੈੱਕ ਕਰਾਓ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰਾਓ 200-300 ਲੀਟਰ ਚਾਹੀਦਾ ਇਕੱਠਾ ਮਿਲ ਜੂਗਾ 200-300 ਕੀ ਭਾਵੇਂ 1000 ਲੀਟਰ ਲਓ ਪਰ ਪਹਿਲਾਂ ਚੈੱਕ ਕਰਾਓ ਆ ਜਨਾਬ ਕਾਰਡ ਰੱਖੋ ਮੇਰਾ ਠੀਕ ਹੈ ਜੀ ਟੈਲੀਫੋਨ ਮੈਂ ਤੁਹਾਨੂੰ ਕਰਦਾ ਓਕੇ ਜੀ ਸੌਰੀ ਸੈਂਪਲ ਦੇ ਪੈਸੇ ਲੱਗਦੇ ਆ ਲੈ ਜਾ ਲੁੱਟ ਕੇ ਲੈ ਜਾ ਸੰਤਾ ਬੰਤਾ ਨੂੰ ਲੁੱਟ ਕੇ ਲੈ ਜਾ ਜਨਾਬ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨਾ ਸਸਤਾ ਤੇਲ ਕਿਉਂ ਵੇਚ ਰਹੇ ਹੋ ਤੁਹਾਨੂੰ ਵਾਰਾ ਕਿਵੇਂ ਖਾ ਜਾਂਦਾ ਵਾਰਾ ਇਦਾਂ ਖਾਂਦਾ ਜੀ ਆਪਾਂ ਕਹਿ ਰਹੇ ਲੋਕ ਸੇਵਾ ਅੱਛਾ ਲੋਕ ਸੇਵਾ 4 ਸਾਲ ਪਹਿਲਾਂ ਜੋ ਸਸਤਾ ਹੁੰਦਾ ਸੀ ਨਾ ਇਕੱਠੇ ਹੀ ਗੈਲਨ ਖਰੀਦ ਕੇ ਰੱਖ ਲਏ ਸੀ ਪਰ ਇੱਕ ਗੱਲ ਦੱਸੋ ਹੈ ਤੇ ਅਸਲੀ ਨਾ ਹੈ ਅਸਲੀ ਅੱਜ ਮਹਿੰਗਾ ਹੋਇਆ ਵੇਚਣਾ ਸ਼ੁਰੂ ਕਰਤਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੇਵਾ ਕਰਦੇ ਰਹੋ ਤੁਸੀਂ ਐਸ਼ ਕਰੋ ਸਾਡੇ ਸਿਰ ਤੇ ਲੁੱਟ ਕੇ ਲੈ ਜਾ ਉਹ ਬੰਤੇ ਨੂੰ ਲੁੱਟ ਕੇ ਲੈ ਜਾ ਬੰਤੇ ਨੂੰ ਲੁੱਟ ਕੇ ਲੈ ਜਾ ਲੈ ਜਾ ਲੈ ਜਾ ਸਸਤੇ ਰੇਟਾਂ ਤੇ ਤੇਲ ਲੈ ਜਾ ਉਹ ਮੋਟਾ ਹੀ ਮਾਲ ਇਕੱਠਾ ਆਈ ਅੱਜ ਓਏ ਹੋਏ ਲੈ ਭਰਾ ਜੀ ਇਹੋ ਨੇ ਸੰਤਾ ਬੰਤਾ ਇੰਨਾ ਕੁ ਮੈਂ 10 ਲੀਟਰ ਤੇਲ ਲੈ ਕੇ ਗਿਆ 5 ਲੀਟਰ ਨਿਕਲਿਆ ਦਿਨ ਦਿਹਾੜੇ ਲੋਕਾਂ ਨੇ ਠੱਗੀ ਮਾਰਦੇ ਆ ਓਏ ਕੌਣ ਠੱਗੀ ਮਾਰਦਾ ਓਏ ਤੁਸੀਂ ਓਏ ਕੁੱਟਣਾ ਖਾ ਲਈਏ ਦੋਨਾਂ ਨੇ ਠੱਗੀ ਮਾਰੀ ਮੇਰੇ ਨਾਲ ਕਿੰਨੇ ਸਾਲ ਪੁਰਾਣਾ ਪੈਟਰੋਲ ਦਿੱਤਾ ਤੈਨੂੰ 4 ਸਾਲ ਨਾ 4 ਸਾਲ ਚ 10 ਲੀਟਰ ਪੈਟਰੋਲ ਚੋਂ 5 ਲੀਟਰ ਉੱਡੂਗਾ ਨਹੀਂ ਨਾ ਪੁੱਤ ਤੁਸੀਂ ਤੇ ਡਾਉਂਦੇ ਰਹੇ ਪੈਟਰੋਲ ਤੇ ਹੁਣ ਥਾਣੇ ਲਿਜਾ ਕੇ ਨਾ ਮੈਂ ਤੁਹਾਨੂੰ ਡਾਉਣਾ ਹਵਾਲਦਾਰ ਮਡੋਏ ਜੀ ਜਨਾਬ ਤੈਨੂੰ ਪਤਾ ਭਲਾ ਅੱਜ ਕਿਹੜਾ ਦਿਨ ਆ ਉਹ ਜਨਾਬ ਅੱਜ ਦੇ ਦਿਨ ਮੈਂ ਕਿਦਾਂ ਭੁੱਲ ਸਕਦਾ ਅੱਜ ਦੇ ਦਿਨ ਤੇ ਪੂਰੀ ਪ੍ਰਾਪਰਟੀ ਮੇਰੇ ਨਾਲ ਹੋ ਗਈ ਸੀ ਉਹ ਕਿਦਾਂ ਹੋਏ ਉਹ ਅੱਜ ਦੇ ਦਿਨ ਮੇਰਾ ਬਾਪੂ ਪੂਰਾ ਹੋ ਗਿਆ ਸੀ ਉਹ ਚੋਰ ਫਿਰੇ ਮੂੰਹ ਤੇਰਾ ਹੋਏ ਮੈਂ ਤੈਨੂੰ ਇਹ ਦਿਨ ਨਹੀਂ ਪੁੱਛਣ ਡਿਆ ਉਹ ਅੱਜ 14 ਫਰਵਰੀ ਵੈਲੈਂਟਾਈਨ ਡੇ ਵਾਲੇ ਦਿਨ ਦੀ ਗੱਲ ਕਰਨ ਡਿਆ ਵੈਲੈਂਟਾਈਨ ਡੇ ਉਹ ਵੈਲੈਂਟਾਈਨ ਡੇ ਨਹੀਂ ਵੈਲੈਂਟਾਈਨ ਡੇ ਉਹ ਅੱਜ ਦਾ ਦਿਨ ਜੱਫੀਆਂ ਪੱਪੀਆਂ ਚੁੰਮੀਆਂ ਪਾਰੀਆਂ ਦਾ ਦਿਨ ਹੈ ਆਪ ਕਿਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਡੀਆਂ ਚੁੰਮੀਆਂ ਲੈਣਾ ਚੰਗਾ ਲੱਗਦਾ ਹਰਦੂ ਲਾਣ ਤੋਂ ਤੇਰੇ ਉਹ ਮੈਂ ਚੁੰਮੀਆਂ ਲੈਣ ਦੀ ਗੱਲ ਨਹੀਂ ਕਰ ਰਿਹਾ ਮੈਂ ਚੁੰਮੀਆਂ ਬੰਦ ਕਰਾਉਣ ਦੀ ਗੱਲ ਕਰਦਾ ਪਿਆ ਉਹ ਮੈਂ ਤਾਂ ਜਿਹੜੇ ਕੰਪਨੀ ਵਾਂਗ ਜੋੜੇ ਬੈਠੇ ਨਾ ਉਹਨਾਂ ਤੇ ਨਜ਼ਰ ਰੱਖਣ ਦੀ ਗੱਲ ਕਰ ਰਿਹਾ ਉਹ ਸਾਹ ਬਹਾਦਰ ਕਿਉਂ ਪਰੇਸ਼ਾਨ ਹੁੰਦੇ ਹੋ ਆਪਣਾ ਘਸੀਟਾ ਹੈ ਨਾ ਕੁੜੀਆਂ ਦੇ ਮਾਮਲੇ ਤਾਂ ਉਹਦੀ ਨਿਗਾਹ ਬੜੀ ਭੈੜੀ ਏ ਕੀ ਮਤਲਬ ਤੇਰਾ ਓਏ ਉਹ ਮੇਰਾ ਮਤਲਬ ਕਹਿਣ ਦਾ ਉਹਦੀ ਨਿਗਾਹ ਬੜੀ ਤੇਜ਼ ਹੈ ਉਹ ਸਵੇਰ ਦਾ ਗਿਆ ਏ ਕੋਈ ਨਾ ਕੋਈ ਪ੍ਰੇਮੀ ਜਿਹੜਾ ਫੜ ਕੇ ਲੈ ਹੀ ਆਊ ਅੱਛਾ ਹੱਲ ਤੱਕ ਆਇਆ ਤਾਂ ਹੈ ਨਹੀਂ ਏ ਗੋਰਿਆਂ ਦੀ ਲਾਦ ਸੌਰੀ ਦੇ ਮਜਨੂੰ ਤੁਹਾਨੂੰ ਮੈਂ ਚੜਾ ਛਕਾਉਣਾ ਓਏ ਇਹ ਕਰਨ ਦੇ ਆ ਵੈਲੈਂਟਾਈਨ ਡੇ ਮਨਾ ਰਹੇ ਆ ਵੈਲੈਂਟਾਈਨ ਡੇ ਮਨਾਉਂਦੇ ਆ ਕਦੀ ਪਿਓਰ ਡੇ ਮਨਾਇਆ ਈ ਕਦੀ ਭੈਣ ਡੇ ਮਨਾਇਆ ਈ
ਕਦੀ ਮਦਰ ਡੇ ਮਨਾਇਆ ਹੀ? ਇਹ ਹੁੰਦਾ ਕੀ ਓਏ? ਪਿਆਰ ਦਾ ਦਿਨ, ਪਿਆਰ ਦਾ ਦਿਨ, ਚੱਲਾਂਗੇ ਨੀ ਕਿ ਠਾਣੇ? ਉਹ ਜਨਾਬ ਉਹ ਦੇਖੋ ਘਸੀਟਾ, ਪ੍ਰੇਮੀ ਜੋੜੇ ਨੂੰ ਘਸੀਟ ਘਸੀਟ ਕੇ ਲਿਆਣ ਡਿਆ। ਆ ਲੋ ਫੜੋ ਜਨਾਬ, ਮਿਰਜ਼ਾ ਸਾਹਿਬਾ ਕੰਪਨੀ ਬਾਗ ਦੇ ਜੰਡ ਥੱਲੇ ਫੜ ਕੇ ਲਿਆ। ਪੱਲੇ ਹੋ ਤੁਹਾਡੇ, ਉਹ ਤੁਸੀਂ ਜੰਡ ਥੱਲੇ ਬੇਰ ਖਾਣ ਦਾ ਸੀ ਓਏ? ਨਹੀਂ ਜਨਾਬ, ਇਹ ਪਾਰੀਆਂ ਕਰਨ ਦਏ ਸੀ। ਜਨਾਬ ਪਾਰੀਆਂ ਕਰਨ ਕਿੱਥੇ ਦਿੱਤੀਆਂ? ਹਾਏ 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 ਹਾਏ, ਗੱਲ ਸੁਣੋ ਓਏ, ਤੁਹਾਡੇ ਕੋਲ ਪਾਰੀਆਂ ਦਾ ਲਾਇਸੈਂਸ ਹੈ? ਦਿਖਾਓ ਜਰਾ। ਜਨਾਬ ਕੀ ਮਤਲਬ? ਉਹ ਮੇਰਾ ਮਤਲਬ ਕਹਿਣ ਦਾ, ਤੁਹਾਡੀ ਕੋਈ ਮੰਗਣੀ ਕੋਈ ਕੁੜਮਾਈ ਹੋਈ ਹੈ? ਜਨਾਬ ਇਹਨੂੰ ਮੈਂ ਢਿੱਡੋ ਪਿਆਰ ਕਰਦਾ। ਪੱਲੇ ਓ ਤੇਰੇ, ਓ ਕਾਕਾ ਫੇਰ ਤੈਨੂੰ ਪਿਆਰ ਦੀ ਸਜ਼ਾ ਨੀ ਪਤਾ? ਓ ਸਾਡੇ ਕਾਨੂੰਨ ਮੁਤਾਬਕ ਪਿਆਰ ਦੀ ਸਜ਼ਾ ਪਤਾ ਕੀ ਹੈ? ਜਾਂ ਤੁਸੀਂ ਰੱਖੜੀ ਬਣਾ ਲਓ, ਜਾਂ ਫਿਰ ਤੁਸੀਂ ਵਿਆਹ ਕਰਵਾ ਲਓ। ਮੈਂ ਇਹਨੂੰ ਰੱਖੜੀ ਨਹੀਂ ਬੰਨਣੀ। ਤੇ ਫਿਰ ਵਿਆਹ ਕਰਵਾ ਲਓ। ਜਨਾਬ ਵਿਆਹ ਕਰਾ ਦੋ, ਪਰ ਵਿਆਹ ਜੋ ਕਿ ਸਾਡੇ ਕੋਲ ਪੈਸੇ ਹੈ ਨਹੀਂ। ਜਨਾਬ ਲੱਗਦਾ ਹੁਣ ਕੰਨਿਆ ਦਾਨ ਵੀ ਸਾਨੂੰ ਹੀ ਕਰਨਾ ਪੈਣਾ। ਓਏ ਸੋਲੋ ਮੁੰਡਿਓ, ਸੋਲੋ ਕੁੜੀਓ, ਸੁਣੋ ਬਾਬੇ ਓ, ਸੋਲੋ ਕੁੜੀਓ, ਸੋਲੋ ਮੁੰਡਿਓ, ਸੋਲੋ ਕੁੜੀਓ, ਸੁਣੋ ਬਾਬੇ ਓ, ਸੋਲੋ ਕੁੜੀਓ, ਪੁਲਿਸ ਵਾਲਿਆਂ ਸਾਰੇ ਜਗ ਤੋਂ, ਪੁਲਿਸ ਵਾਲਿਆਂ ਸਾਰੇ ਜਗ ਤੋਂ, ਵੱਖਰੀ ਰੀਤ ਚਲਾਈਆ ਬਈ ਹੁਣ ਜਾਗੋ ਆਈਆ, ਉਹ ਥਾਣੇ ਵਿੱਚ ਹੁਣ ਜਾਗੋ ਆਈਆ, ਪੁਲਿਸ ਵਾਲਿਆਂ ਸਾਰੇ ਜਗ ਤੋਂ, ਵੱਖਰੀ ਰੀਤ ਚਲਾਈਆ ਬਈ ਹੁਣ ਜਾਗੋ ਆਈਆ, ਉਡਾਣੇ ਵਿੱਚ ਹੁਣ ਜਾਗੋ ਆਈਆ। ਕਦੇ ਹਾਂ ਕਰਕੇ ਕਦੇ ਨਾ ਕਰਕੇ, ਕਦੇ ਹਾਂ ਕਰਕੇ ਕਦੇ ਨਾ ਕਰਕੇ, ਦਿਲ ਤੋੜੀ ਨਸ਼ੇ ਪੈਣੇ ਅੱਜ ਨਾ ਕਰਕੇ, ਦਿਲ ਤੋੜੀ ਨਸ਼ੇ ਪੈਣੇ ਸਾਨੂੰ ਨਾ ਕਰਕੇ, ਅੱਜ ਨੱਚ ਲੱਗਦੇ ਚ ਮੇਰੀ ਬਾਂ ਫੜ ਕੇ, ਅੱਜ ਨੱਚ ਲੱਗਦੇ ਚ ਮੇਰੀ ਬਾਂ ਫੜ ਕੇ, ਰੁਪਈਏ ਵਾਰਦਾ ਹੌਲਦਾਰ ਲਨਕਾਰੇ ਮਾਰਦਾ, ਥਾਣੇ ਤਾਰ ਰੁਪਈਏ ਵਾਰਦਾ ਹੌਲਦਾਰ ਲਨਕਾਰੇ ਮਾਰਦਾ, ਹੋਮ ਗਾੜੀਏ ਬਣੇ ਬਰਾਤੀ, ਹੋਮ ਗਾੜੀਏ ਬਣੇ ਬਰਾਤੀ, ਜਾਂਦੇ ਭੰਗੜਾ ਪਾਈਆ ਬਈ ਹੁਣ ਜਾਗੋ ਆਈਆ, ਉਹ ਥਾਣੇ ਵਿੱਚ ਹੁਣ ਜਾਗੋ ਆਈਆ, ਆ ਪੁਲਿਸ ਵਾਲਿਆ ਸਾਰੇ ਜਗੋ, ਵੱਖਰੀ ਰੀਤ ਚਲਾਈਆ ਬਈ ਹੁਣ ਜਾਗੋ ਆਈਆ, ਉਹ ਥਾਣੇ ਵਿੱਚ ਹੁਣ ਜਾਗੋ ਆਈਆ।
ਬਸੀ ਕੱਟਣ ਗਿਆ ਸੀ ਕੱਟ ਲੈਂਦੀ ਚਾਲਾਂ ਭਾਰੀ ਬਸੀ ਕੱਟਣ ਗਿਆ ਸੀ ਕੱਟ ਲੈਂਦੀ ਚਾਲਾਂ ਲਾ ਜੋ ਸਾਰੇ ਨੱਚੀਏ ਆਈਏ ਗਾਣੇ ਵਿੱਚ ਕਮਾਲਾਂ ਆ ਜੋ ਸਾਰੇ ਨੱਚੀਏ ਆਈਏ ਗਾਣੇ ਵਿੱਚ ਕਮਾਲਾਂ ਆ ਜੋ ਸਾਰੇ ਨੱਚੀਏ ਆਈਏ ਗਾਣੇ ਵਿੱਚ ਕਮਾਲਾਂ ਆ ਜੋ ਸਾਰੇ ਨੱਚੀਏ ਆਈਏ ਗਾਣੇ ਵਿੱਚ ਕਮਾਲਾਂ ਮੈਂ ਤੇ ਜੀ ਤੱਕਦਾ ਪਿਆ ਤੁਹਾਡੀ ਬਿਊਟੀ ਤੁਹਾਡੀ ਬਿਊਟੀ ਤੁਹਾਡੀ ਬਿਊਟੀ ਤੁਹਾਡੀ ਓ ਜਨਾਬ ਤੁਹਾਡਾ ਤਨਖਾਣਾ ਢਿੱਡ ਭਰ ਜੂਗਾ ਪਰ ਇਸ ਢਿੱਡ ਦਾ ਕੀ ਬਣੂਗਾ ਗੱਲ ਤੇ ਤੇਰੀ ਸਹੀ ਆ ਮਾੜਿਆ ਕਰੀ ਹਾਂ ਢਿੱਡ ਪਾਸੇ ਲੈ ਬਾਈ ਮਾੜਿਆ ਲੱਗਦਾ ਅੱਜ ਕਿਸੇ ਦੀ ਕਿਸਮਤ ਮਾੜੀ ਆ ਇਹਨੂੰ ਚੜਾ ਮੈਂ ਛਕਾਉਣਾ ਤੇ ਤੂੰ ਚੱਲ ਠਾਣੇ ਜੀ ਜਨਾਬ Hi, I'm from Toronto, Canada. Can you please tell me where is police station number 6? To the principal, country grant me leave. Hawaldar Ghasita matter ko pass talwandi chowdhury. What are you saying? I don't understand. Just hang on. I'll call my boss. Boss! Oh, your boss? Dekha angrezi apne? Hello. Hello. I'm from Toronto Police Station, from Canada. Oh, Canada, please. Sorry. Right traffic is going on. Hey, Vera, tuta ya police wala kudi gaddi soni lai firda. What are you saying? Kuch nahi sir, kuch nahi. Tuhi dasso. You tell me, where is police station number 6? I'm in India. ਚੌਕੀ ਨੰਬਰ 6 ਚੌਕੀ ਨੰਬਰ 6 ਕੋਈ ਗੱਲ ਨਹੀਂ ਜਾਣਾ ਉੱਥੇ ਲੈ ਚੱਲਦੇ ਹੈ ਕਿਹੜੀ ਗੱਲ ਨੋ ਪ੍ਰੋਬਲਮ ਲੈਟਸ ਗੋ ਮਾਈ ਓਨ ਕਾਰ ਓ ਨੋ ਮਾਈ ਕਾਰ ਇਜ਼ ਪੰਚਰ ਓ ਸ਼ਿਟ ਕੋਈ ਗੱਲ ਨਹੀਂ ਜੇ ਕਾਰ ਪੈਂਚਰ ਆਪਾਂ ਹੁਣੇ ਇੰਤਜ਼ਾਮ ਕਰਨੇ ਮੇਰਾ ਨਾਮ ਵੀ ਹੌਲਦਾਰ ਘਸੀਟਾ ਲੈ ਉਹ ਆਇਆ ਬਾਈ ਓਏ ਤੁਹਾਨੂੰ ਨੀ ਪਤਾ ਭੂਤ ਨੀ ਉਹ ਤਿੰਨਾ ਬੰਦਿਆਂ ਨੇ ਪਾਬੰਦੀ ਤੁਸੀਂ ਕਿਹੜੇ ਵੇਲੇ ਉੱਤਰ ਥੱਲੇ ਉੱਤਰ What are you saying? ਤੂੰ ਬੈਠਾ I don't know what is happening here ਇੱਧਰ ਆਜੋ ਕੱਢ ਬੈਠ ਕਾ ਸਾਡਾ ਫੋਨ ਚੱਲਦਾ ਚੱਟੀ ਤਿਆਰ ਹੋ ਖਾਂ ਪਤਵਾ ਤੂੰ ਸਾਰੇ ਨਾਲ ਖਿਆਲ ਤੇ ਮੈਂ ਹੁਣ ਆਓ ਜਨਾਬ ਚੱਲੀਏ ਵੇ ਚੱਲੀਏ ਚੌਂਕੀ ਨੰਬਰ 6 ਕੋਈ ਗੱਲ ਨੀ ਬੀਬੀ ਇਹ ਪੰਜਾਬ ਪੁਲਿਸ ਕੈਨੇਡਾ ਦੀ ਪੁਲਿਸ ਨੀ ਪਾਓਗੇ ਯੂ ਸੀ ਪ੍ਰੋਬਬਲੀ ਕਮ ਆਨ ਸੰਤੇ ਭਾ ਹਾਂ ਬੰਤੇ ਭਾ ਪਹਿਲੀ ਵਾਰੀ ਇੱਦਾਂ ਹੋਇਆ ਕਿ 3 ਘੰਟੇ ਹੋ ਗਏ ਆਪਾਂ ਇੱਕ ਹਵਾਲਾ ਚ ਬੰਦ ਆ ਯਾਰ ਕੋਈ ਜੁਗਾੜ ਲਾ ਹਾਂ ਕੋਈ ਤੂੰ ਕੀ ਚਾਹੁੰਦਾ ਨਿਕਲ ਜਾਈਏ ਚੱਲ ਐ ਕਰ ਫਿਰ ਕੱਢ ਤਾਸ਼ ਆਹੋ ਤਾਸ਼ ਲੋ ਪੈਸੇ ਵੀ ਕੱਢ ਹੈਲੋ ਜੀ ਖੁੱਲ ਕੇ ਖੇਲਣਾ ਪੈਸੇ ਮੇਰੇ ਕੋਲ ਬਹੁਤ ਹੈ ਘਬਰਾਈ ਨਾ ਪੈਸੇ ਬਹੁਤ ਨੇ ਗੱਲ ਹੀ ਕੋਈ ਨਹੀਂ ਐ ਲਾ ਫੜ ਮੇਰੀ ਚਾਲ ਆਈ ਮੇਰੀ ਡਬਲ ਚਾਲ ਡਬਲ ਐ ਲਾ ਫਿਰ ਸ਼ੋ ਕਰ ਫਿਰ ਏ ਬੇਗਮ ਬੇਗੀ ਭਾਰੀ ਮੈਂ ਜਿੱਤ ਗਿਆ ਫਿਰ ਨਹੀਂ ਯਾਰ ਨਹੀਂ ਕਿਉਂ ਹੈ ਨਸ਼ੀ ਜਗ੍ਹਾ ਮੇਰੀ ਉੱਠ ਜਗ੍ਹਾ ਬਦਲ ਗਈ ਨਸ਼ੀ ਜਗ੍ਹਾ ਬਦਲ ਨਹੀਂ ਯਾਰ ਬਦਲ ਰਹਿੰਦੇ ਖੇਡ ਤੂੰ ਏਦਾਂ ਹੀ ਖੇਡ ਤੇ ਨਹੀਂ ਪੈਂਦੇ ਅੰਦਰ ਯਾਰ ਜਗ੍ਹਾ ਬਦਲੋ ਨਾਲੇ ਗੱਲ ਸੁਣ ਯਾਰ ਬੰਤਾ ਸਿਆ ਜਦੋਂ ਬੰਦਾ ਹਾਰਦਾ ਹੋਵੇ ਨਾ ਉਧਰ ਦੀ ਜਗ੍ਹਾ ਨਸ਼ੀ ਹੁੰਦੀ ਹੈ ਬਦਲ ਲੈਣੀ ਚਾਹੀਦੀ ਹੈ ਓਏ ਹਵਲਦਾਰ ਗੜੋਏ ਜੀ ਜਨਾਬ ਓਏ ਆ ਕੀ ਕਿਚਰ ਕਰੀ ਜਾਂਦੇ ਉਹ ਸਾਹ ਬਹਾਦਰ ਤਾਸ਼ ਨਾਲ ਜੂਆ ਖੇਡਦੇ ਨੇ ਤਾਸ਼ ਤੇ ਉੱਤੇ ਜੂਆ ਅਸੀਂ ਤਾਂ ਤਾਸ਼ ਤੇ ਜੂਆ ਖੇਡਣ ਵਾਲੇ ਨੂੰ ਅੰਦਰ ਕਰੀਦਾ ਓਏ ਅੰਦਰ ਬੈਠੇ ਜੂਆ ਖੇਡੀ ਜਾਂਦੇ ਆ ਸਾਹ ਬਹਾਦਰ ਚੰਗੇ ਨੋਟ ਨੇ ਪੈਸੇ ਕਮਾਉਣ ਦਾ ਵੇਲਾ ਓ ਲੈ ਦੱਸ
ਉਹ ਅਸੀਂ ਪੈਸੇ ਏਦਾਂ ਕਮਾਣੇ ਓਏ ਅਸੀਂ ਖੋ ਨੀ ਸਕਦੇ ਆਹ ਬਹਾਦਰ ਖੋ ਖਵਾਈ ਤਾਂ ਰੋਜ਼ ਹੀ ਕਰੀਦੀ ਹੈ ਉਹ ਅੱਜ ਮੈਂ ਕਹਿੰਦਾ ਬਾਜੀ ਵੀ ਜਿੱਤ ਕੇ ਵੇਖ ਲਈਏ ਬਈ ਆਹ ਗੱਲ ਠੀਕ ਹੈ ਮਿਹਨਤ ਦੀ ਕਮਾਈ ਦਾ ਨਾ ਸਵਾਦ ਹੀ ਕੁਛ ਹੋਰ ਹੈ ਉਹ ਬਾਕੀ ਗੱਲ ਇਹਨਾਂ ਦੀ ਉਹ ਸਾਡੇ ਨਾਲੋਂ ਵੱਡਾ ਜੁਆਰੀਆ ਹੋਰ ਕੌਣ ਹੋ ਸਕਦਾ ਹੋਏ ਉਹ ਮੈਂ ਤਾਂ ਬਚਪਨ ਚ ਬਹੁਤ ਜੂਆ ਖੇਡਦਾ ਰਿਹਾ ਮੈਂ ਤਾਂ ਛੜਾ ਦੂ ਇਹਨਾਂ ਦੇ ਛੱਕੇ ਹੈ ਚੱਲ ਯਾਰ ਦੇਖੀਏ ਜਵਾਰੀ ਨੀ ਲੱਭਣਾ ਤੁਹਾਨੂੰ ਵੰਡੋ ਪੱਤੇ ਪੈਸੇ ਆ ਜੇ ਲਾ ਪੈਸੇ ਉਹ ਸ਼ੁਰੂ ਕਰੋ ਪੈਸੇ ਆਪੇ ਆ ਜਾਣਗੇ ਤੇ ਬੈਠੋ ਪੁੰਜੇ ਫਿਰ ਆਹੋ ਭਲਦਾ ਕੰਡੋਏ ਚੱਲ ਫਿਰ ਬਹਿ ਜਾ ਫਿਰ ਬਹਿ ਜਾਂਦਾ ਭਾਰਤੀ ਗੌਰਮੈਂਟ ਪੁੰਜੇ ਲਿਆਓ ਫਿਰ ਵੰਡੋ ਪੱਤੇ ਤੁਸੀਂ ਕੱਟੋ ਹੈਲੋ ਆਹ ਮੇਰਾ ਵੀ ਫਿਰ 500 ਮੇਰਾ ਵੀ ਆ ਗਿਆ ਤੇਰੀ ਵਾਰੀ ਆ ਲਓ ਮੇਰੇ ਇਹ 500 ਮੇਰਾ ਸ਼ੋ ਕਰੋ ਚਾਰ ਪੰਜ ਛੇ ਪਹਿਲੇ ਬੰਦੇ ਜਿਹਨਾਂ ਨੇ ਪੁਲਿਸ ਨੂੰ ਲੁੱਟ ਲਿਆ ਇੱਦਾਂ ਕਰੋ ਫਿਰ ਖੇਡੋ ਛੱਡੋ ਜਨਾਬ ਹਾਰ ਜਾਓਗੇ ਓ ਨਹੀਂ 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 ਐਵੇਂ ਹਾਰ ਜਾਗੇ ਓ ਤੁਸੀਂ ਇੱਕ ਗੇਮ ਹੋਰ ਲਾਓ ਦੁਬਾਰਾ ਵੰਡੋ ਤੁਹਾਡੇ ਵਾਸਤੇ ਗੱਲ ਨੀ ਮੈਂ ਕਹਿੰਦਾ ਛੱਡੋ ਭਰਾ ਸਾਨੂੰ ਕੀ ਲਾ ਲਓ ਸਾਨੂੰ ਕੀ ਲਾਓ ਏਦਾਂ ਨਹੀਂ ਪਹਿਲਾਂ ਜਗ੍ਹਾ ਬਦਲੋ ਜਗ੍ਹਾ ਦਾ ਕੀ ਹੁੰਦਾ ਜਗ੍ਹਾ ਇਹ ਸਾਡੇ ਲਈ ਨੈਸ਼ ਜਗ੍ਹਾ ਤੁਸੀਂ ਬਾਹਰ ਆਓ ਅਸੀਂ ਉੱਧਰ ਆਵਾਂਗੇ ਚਲੋ ਕਿਦਾਂ ਤੁਹਾਡੀ ਮੌਜ ਹੁਣ ਮੈਂ ਤੁਹਾਨੂੰ ਦੱਸਦਾ ਪੁਲਿਸ ਵਾਲੇ ਦਾ ਕੀ ਕਮਾਲ ਹੁੰਦਾ ਓਏ ਦੰਦ ਨਾ ਕੱਢੋ ਪੱਤੇ ਕੱਢੋ ਪੱਤੇ ਕਿਉਂ ਬਈ ਸੰਤਾ ਕਿਉਂ ਬਈ ਬੰਤਾ ਉਹ ਡਰ ਕੇ ਭੱਜ ਗਿਆ ਡਰ ਕੇ ਉਹ ਡਰ ਕੇ ਭੱਜ ਗਿਆ ਡਰ ਕੇ What happened? ਜਨਾਬ ਧੱਕਾ ਲਾਉਣਾ ਪੈਣਾ ਓ ਦੇ ਪੁਸ਼ 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 ਓ ਯੂ ਮੈਨ ਓ ਨੋ ਪੁਸ਼ ਓ ਨੋ ਪਲੀਜ਼ ਓਕੇ 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 ਓ ਭਰਾਵਾ ਕਿਸੇ ਅਫਸਰ ਦਾ ਫੋਨ ਨਾ ਹੋਵੇ ਓ ਨਾ ਬੱਜ ਮੈਂ ਤੈਨੂੰ ਚੁੱਕ ਨੀ ਸਕਦਾ ਓ ਜਨਾਬ ਤੁਸੀਂ ਅੰਦਰ ਓ ਯਾਰ ਪਹਿਲਾਂ ਫਟਾਫਟ ਫੋਨ ਚੁੱਕ ਓ ਮੇਰਾ ਨਾ ਦੱਸੀ ਮੈਂ ਅੰਦਰ ਆ ਹੈਲੋ ਸਾਹਿਬ ਸਾਹਿਬ ਯਾਰ ਅੰਦਰ ਕਿਤੇ ਵੀ ਹੋਣੀ ਛੁੱਟੀ ਤੇ ਆ ਓਕੇ ਫਿਰ ਫੋਨ ਕਰਿਓ ਸਰ ਤੁਹਾਨੂੰ ਹੋ ਕੀ ਗਿਆ ਉਹ ਮਰ ਗਿਆ ਗਰਮੀ ਨੇ ਮਾਰ ਛੱਡਿਆ ਅੰਦਰਲੇ ਪਾਸੇ ਓਏ ਜਾ ਜਾ ਕੇ ਸਾਹ ਬਣਾ ਲੈ ਠੰਡਾ ਲੈ ਗਿਆ ਛੇਤੀ ਜਾ ਤੇ ਛੇਤੀ ਆ ਭੱਜ ਜੀ ਜਨਾਬ ਚੱਲ 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 ਹੈਲੋ ਹੈਲੋ ਆਮ ਪੀਟਰ ਆਈ ਇੰਸਪੈਕਟਰ ਹਨੇਰਾ ਹੀ ਇਜ਼ ਫਰਮ ਕੈਨੇਡਾ ਪੁਲਿਸ ਮਿਸਟਰ ਪੀਟਰ ਐਂਡ ਆਈ ਐਮ ਸੂਜ਼ਨ ਪ੍ਰਾਈਵੇਟ ਡਿਟੈਕਟਿਵ ਅੱਛਾ ਕੈਨੇਡਾ ਯਾਰ ਘਸੀਟੇ ਅੱਗੇ ਇੱਥੇ ਸਾਡੇ ਕੋਲ ਸਟਾਫ ਘੱਟ ਹੈ ਚਾਚੇ ਨਾ ਫਗਵਾੜੇ ਰਹਿੰਦੇ ਹੈਗੇ ਭੂਆ ਰਹਿੰਦੀ ਮੇਰੇ ਬੈਗੋਵਾਲ ਤੂੰ ਮੈਨੂੰ ਕਰਦਾ ਗੱਲ ਸੋਰੀ ਸੋਰੀ ਯਾਰ ਗੁੱਸਾ ਕਰ ਗਏ ਯਾਰ ਉਹ ਯਾਰ ਤੂੰ ਪੰਜਾਬੀ ਹੋ ਕੇ ਅੰਗਰੇਜ਼ੀ ਨੂੰ ਮੂੰਹ ਮਾਰੀ ਜਾਣ ਡਿਆ ਉਹ ਪੰਜਾਬੀ ਚ ਗੱਲ ਕਰ ਹਾਂ ਯਾਰ ਹਾਂ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਤੁਸੀਂ ਸਾਡੀ ਕਿੰਨੀ ਰਿਸਪੈਕਟ ਕਰਦੇ ਹੈਗੇ ਸੋਰੀ ਓਕੇ ਰਾਈਟਰਸ ਮੈਂ ਸੰਤਾ ਬੰਤਾ ਮੰਗਦਾ ਹੈਗਾ ਸੰਤਾ ਬੰਤਾ ਉਹ ਗੱਲ ਕੈਨੇਡਾ ਵਾਲੇ ਪੜਦੇ ਦੀ ਆ ਕਿਸੇ ਨੂੰ ਦੱਸਿਓ ਨਾ ਦਰਸਲ ਉਹ ਤਾਂ ਐਸੇ ਚਲਾਕ ਬੰਦੇ ਨਿਕਲੇ ਮੈਨੂੰ ਗੱਲਾਂ ਚ ਲਾ ਕੇ ਨਾ ਸਾਨੂੰ ਅੰਦਰ ਕਰਕੇ ਤੇ ਸਾਡੇ 620 ਰੁਪਈਏ ਵੀ ਲੁੱਟ ਕੇ ਲੈ ਗਏ ਉਹ ਬੈਂਕ ਲੁਟੇਰਾ ਹੈਗਾ ਤੁਹਾਨੂੰ ਨਹੀਂ ਪਤਾ ਹੈਗਾ ਉਹ ਨੇ ਕੈਨੇਡਾ ਦੇ ਏਟੀਐਮ ਨੂੰ ਤੋੜ ਕੇ ਕੁਝ ਮਿੰਟਾਂ ਚ
ਸੰਤਾ ਬੰਤਾ ਜਿੰਦਾ ਜਾਂ ਮੁਰਦਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਲੱਗੇ ਰੌਲਾ ਪਾਣ। ਉਹ ਜਨਾਬ ਸਾਡਾ ਕਸੂਰ ਕੀ ਹੈ? ਤੁਸੀਂ ਮਾਰੀ ਜਾਂਦੇ ਹੋ, ਕਸੂਰ ਵੀ ਦੱਸ ਦਿੰਦੇ ਆ ਤੇਰਾ। ਬਾਈ ਦਵੇ, ਇਹਨਾਂ ਦੋਨਾਂ ਦਾ ਕਸੂਰ ਕੀ ਹੈਗਾ? ਉਹ ਸਾਹ ਬਹਾਦਰ, ਕੱਲ ਜਿਹੜੀ ਜਨਾਨੀ ਆ ਕੇ ਰਿਪੋਰਟ ਲਿਖਾ ਕੇ ਗਈ ਆ, ਉਹ ਜਿਹਦੇ ਘਰ ਚੋਰੀ ਹੋਈ ਆ, ਉਹ ਇਹਨਾਂ ਨੇ ਉਹਦੇ ਘਰ ਚੋਰੀ ਕੀਤੀ। ਬੜੇ ਵੱਡੇ ਚੋਰ ਨੇ। ਨਹੀਂ ਜਨਾਬ, ਅਸੀਂ ਕੋਈ ਚੋਰੀ ਨਹੀਂ ਕੀਤੀ, ਅਸੀਂ ਬੜੇ ਸ਼ਰੀਫ ਬੰਦੇ ਆ। ਦੱਸਾਂ ਮੈਂ ਤੈਨੂੰ, ਕਮ ਹੈ ਅਸੀਂ ਇਹਨੂੰ ਕੈਨੇਡਾ ਪੁਲਿਸ ਦੇ ਤਰੀਕੇ ਨਾਲ ਸਮਝਾਉਂਦੇ ਆ, ਠੀਕ ਆ? ਤੁਸੀਂ ਆਰਾਮ ਕਰੋ। ਓਕੇ ਸੁਜ਼ਾਨ, ਪਲੀਜ਼ ਬੀ ਹੇਅਰ। ਹਾਊ ਡੂ ਯੂ ਡੂ ਬੋਥ? ਹੈਲੋ, ਦੋਨੋਂ ਕਿੱਦਾਂ ਬੱਚਾ? ਕੀ ਹਾਲ ਤੁਹਾਡਾ? ਠੀਕ ਆ? ਤੁਸੀਂ ਚੋਰੀ ਕੀਤੀ ਹੈਗੀ? ਨਹੀਂ ਜੀ। ਕੋਈ ਗੱਲ ਨਹੀਂ, ਤੁਸੀਂ ਸਿਆਣੇ ਬੱਚੇ ਹੋ, ਤੁਹਾਡੇ ਦੋਨਾਂ ਨੂੰ ਮੈਂ ਲੋਰੀ ਸੁਣਾਵਾ। ਹਾਂਜੀ ਹਾਂਜੀ, ਬਹੁਤ ਵਧੀਆ ਲੋਰੀ ਹੈਗੀ। ਇੱਥੇ ਸਿਰ ਰੱਖੋ ਨਾ ਸੁਦੈਨ, ਮਨਾ ਦਾ ਤਰੀਕਾ ਆਉਂਦਾ ਹੈਗਾ। ਤੁਸੀਂ ਦੋਨਾਂ ਮਾਨਾ ਜਾਵੋਗੇ, ਅਸੀਂ ਚੋਰੀ ਕੀਤੀ ਹੈ। ਬੋਲੋ 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 ਜੀ ਬੋਲੋ, ਤੁਸੀਂ ਚੋਰੀ ਕੀਤੀ ਹੈਗੀ? ਤੁਸੀਂ ਮਾਨਾ ਜਾਵਾ ਜੀ, ਅਸੀਂ ਚੋਰੀ ਕੀਤੀ ਹੈ। ਚੋਰੀ ਕੀਤੀ ਹੈ? ਨਹੀਂ ਸੁਦੈਨ। ਮੋਟਰਸਾਈਕਲ ਵਾਲੇ ਆ, ਵਖਾ ਮੂੰਹ ਜਿਹਾ। ਚੀਚਾ, ਇਹ ਦੋਨੇ ਨਹੀਂ ਮੰਨਦੇ, ਨਹੀਂ ਮੰਨਦੇ। ਉਹੀ ਨਾ ਤੁਸੀਂ ਪੁੱਤ, ਚੋਰੀ ਕੀਤੀ ਹੈ? ਹਾਂਜੀ। ਤੁਹਾਡਾ ਨਾਂ ਕੀ ਆ? ਹੀਲਾ ਜ਼ਿਲਾ। ਤੁਸੀਂ ਕਿਉਂ ਲੱਭਦੇ? ਸੰਤਾ ਬੰਤਾ। ਤੁਹਾਡਾ ਨਾਂ ਕੀ ਆ? ਹੀਲਾ ਜ਼ਿਲਾ। ਨਹੀਂ ਪੁੱਤ, ਤੁਹਾਡਾ ਨਾਂ ਹੈ ਸੰਤਾ ਬੰਤਾ। ਨਹੀਂ ਜਨਾਬ, ਤੁਹਾਡਾ ਨਾਂ ਹੀਲਾ ਵਸੀਲਾ ਆ। ਆ ਲਿਆ ਗੜੋਇਆ ਪੜਾ। ਨਹੀਂ ਜਨਾਬ, ਅਸੀਂ ਆ ਸੰਤਾ ਬੰਤਾ। ਆਲਾ ਚੁੱਕੋ ਜਨਾਬ, ਆਪਣਾ ਸੰਤਾ ਬੰਤਾ। ਸੁਸਾਨ, ਅਗਰ ਇਹਦੇ ਵਰਗਾ ਬੰਦਾ, ਕਸੀ ਦੇ ਰਾਮ ਵਰਗਾ ਬੰਦਾ ਜੇ ਸਾਡੇ ਉੱਥੇ ਟੋਰਾਂਟੋ ਚਲਾ ਜਾ ਰਿਹਾ, ਪੰਜਾਬੀ ਬੰਦਾ ਜਿੰਨੇ ਹੈਗਾ, ਜਿੰਨੇ ਪੰਜਾਬੀ ਬੰਦੇ ਹੈਗੇ ਜਿਹੜੇ ਸਾਡੇ ਕੋਲ ਨਹੀਂ ਸੁਧਰੇ, ਜਿਹੜੇ ਕੈਨੇਡਾ ਪੁਲਿਸ ਕੋਲ ਨਹੀਂ ਸੁਧਰੇ, ਇਹਦੇ ਕੋਲ ਜ਼ਰੂਰ ਸੁਧਰ ਜਾਣਗੇ। ਜਿਹੜੇ ਡੋਡਾ ਖਾਂਦੇ ਨੇ, ਭੀਮ ਖਾਂਦੇ ਨੇ, ਏਦਾਂ ਦੇ ਐਰਾ ਵਗੈਰਾ ਨਸ਼ੇ ਕਰਦੇ ਨੇ। ਚੀਚਾ ਜੀ, ਤੁਸੀਂ ਤਾਂ ਇੰਨੇ ਹੈਂਡਸਮ ਹੋ, ਤੁਹਾਡੇ ਵਰਗੇ ਬੰਦਿਆਂ ਨੂੰ ਉੱਥੇ ਦੀਆਂ ਕੁੜੀਆਂ ਬਹੁਤ ਪਸੰਦ ਕਰਦੀਆਂ ਨੇ। ਇਹ ਗੋਰੀ ਤੁਹਾਡੀ ਵੀ ਹੋ ਸਕਦੀ ਹੈ। ਪਤਾ, ਜਦ ਤੋਂ ਮੈਂ ਇੰਡੀਆ ਆਈ ਹਾਂ, ਮੇਰਾ ਦਿਲ ਆ ਗਿਆ ਤੁਹਾਡੇ ਤੇ ਅੱਜ ਤੋਂ ਪਹਿਲਾਂ ਮੈਨੂੰ ਏਦਾਂ ਕਦੇ ਵੀ ਨਹੀਂ ਹੋਇਆ। ਕਸੀਤੇ, ਆ ਲਓ ਫਿਰ ਇੱਕ ਬੁਰਕੀ ਖਾਓ। ਆ ਕਸੀਤਾ ਜੀ, ਕਿਹੜੀ ਬਿਮਾਰੀ ਦੇ ਅੰਦਰ ਚਲੇ ਗਏ ਸੀ? ਓ ਅਸਲ ਜੋ ਮੈਂ ਕੈਨੇਡਾ ਚਲੇ ਗਿਆ। ਅੱਛਾ, ਇੱਥੇ ਘੁੰਮਦੇ? ਆ ਕੈਨੇਡਾ ਪਹੁੰਚ ਗਿਆ। ਬਾਊ ਜੀ, ਨੋ ਲਿਫਟ। ਓਫੋ, ਮੈਂ ਲਿਫਟ ਤੁਹਾਡੀ ਮੰਗਣ ਡਿਆ ਬਾਊ ਜੀ। ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਅੱਗੇ ਲੱਗਾ ਜੇ ਨਾਕਾ ਤੇ ਹੈਲਮਟ ਲੈ ਲਓ। ਹੈਲਮਟ ਲੈ ਲਓ? ਆ ਰੱਬ ਦਾ ਦਿੱਤਾ ਹੈਲਮਟ ਦਿਖਦਾ ਨੀ ਤੈਨੂੰ? ਓਫੋ ਬਾਊ ਜੀ, ਮਜ਼ਾਕ ਛੱਡੋ। ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਅੱਗੇ ਹੌਲਦਾਰ ਘਸੀਟੇ ਦਾ ਨਾਕਾ ਲੱਗਾ ਜੇ। ਤੁਹਾਨੂੰ ਪਤਾ ਉਹ ਘਸੀਟਦਾ ਘੱਟ ਜੇ ਤੇ ਕੁੜਦਾ ਬਾਹਲਾ ਜੇ। ਅੱਗੇ ਉਹਨੇ 1000 ਰੁਪਏ ਚੇਕ ਰਗੜਤਾ ਜੇ। ਹੈਲਮਟ ਲੈ ਲਓ, 150 ਦਾ ਹੈਲਮਟ ਹੈ। 150 ਦਾ? ਚਲੋ ਫਿਰ। ਕਿੱਥੇ ਚੱਲੇ ਬਾਊ ਜੀ? ਵਾਪਿਸ ਜਾ ਰਹੇ ਹਾਂ। ਵਾਪਿਸ ਕਿਉਂ? ਮੇਰੀ ਗੱਲ ਸੁਣੋ, 150 ਨਹੀਂ ਹੈਗਾ। ਓ ਬਾਊ ਜੀ, ਨਹੀਂ ਪੈਸੇ ਹੈਗੇ ਤੇ ਤੁਸੀਂ ਏਦਾਂ ਕਰੋ, ਹੈਲਮਟ ਕਿਰਾਏ ਤੇ ਲੈ ਲਓ, 20 ਰੁਪਏ ਕਿਰਾਇਆ। ਕਿਰਾਏ ਤੇ? ਹਾਂ, ਕਿਰਾਏ ਤੇ ਲੈ ਜਾਓ। ਤੇ ਮੋਟਰ ਮੇਰਾ ਪਿਓ ਆਊਗਾ? ਓਹੋ ਬਾਊ ਜੀ, ਸਾਡੇ ਨਾਲ ਮੁੰਡਾ ਹੈਗਾ, ਤੁਹਾਡੇ ਨਾਲ ਜਾਏਗਾ, ਤੁਹਾਨੂੰ ਨਾਕਾ ਪਾਰ ਕਰਾ ਕੇ ਫਿਰ ਵਾਪਸ ਆ ਜਾਏਗਾ। ਬਸ ਲਿਆਓ ਪੈਸੇ। ਅੱਛਾ ਲਿਆਓ 2। ਓ ਕਾਕਾ, ਚੱਲ ਬਾਊ ਜੀ ਦੇ ਨਾਲ। ਬਾਊ ਜੀ ਤੁਹਾਨੂੰ ਛੱਡ ਗਿਆ ਹੈਗਾ।
ਤੇ ਬਾਕੀ ਦੇ ਪੈਸੇ? ਬਾਊ ਜੀ ਸਕਿਉਰਟੀ ਤਾਂ ਲੈਣੀ ਆ, ਜਦੋਂ ਮੁੰਡਾ ਵਾਪਸ ਆਏਗਾ ਤੁਹਾਨੂੰ 30 ਰੁਪਏ ਦੇ ਦੇਗਾ, ਕਿਉਂ ਫਿਕਰ ਕਰਦੇ ਹੋ? ਸਟਾਰਟ ਤੇ ਜਾਓ, ਉਹ ਕਾਕਾ ਟਾਈਮ ਨਾਲ ਆ ਜਾਈ। ਮੇਰੀ ਗੱਲ ਸੁਣ, ਅੱਗੇ ਲੱਗਾ ਨਾਕਾ ਹੌਲਦਾਰ ਘਸੀਟੇ ਦਾ, ਤੇ ਉਹ ਘਸੀਟਦਾ ਘੱਟ ਆ ਤੇ ਕੁੱਟਦਾ ਬਾਲਾ, ਤੇ ਇਸ ਕਰਕੇ ਹੈਲਮਟ ਲੈ ਜਾ ਕਿਰਾਏ ਦੇ 20 ਪੈਸੇ। ਉਹ ਮੈਂ ਜਾਣਦਾ ਘਸੀਟੇ ਨੂੰ, ਉਹ ਤੂੰ ਚਾਕੂ ਫੜਾ ਯਾਰ। ਉਹ ਘਸੀਟੇ ਦਾ ਨਾਕਾ ਲੱਗਾ ਵਾ, ਉਹ ਤੂੰ ਸਮਾਨ ਦੇ ਯਾਰ। ਮੈਡਮ ਸ਼ੁਦੈਨ, ਮਿਸਟਰ ਪੀਟਰ ਕਿੱਥੇ ਗਏ ਨੇ? ਆਈ ਥਿੰਕ ਉਹ ਵਾਸ਼ਰੂਮ ਗਏ ਨੇ। ਅੱਛਾ ਅੱਛਾ, ਬਾਥਰੂਮ। ਕੀ ਨਾਮ ਸੀ ਤੁਹਾਡਾ? ਮਿਸਟਰ ਹਨੇਰਾ। ਓ ਮਿਸਟਰ ਹਨੇਰਾ, ਇਨ ਆਵਰ ਕੰਟਰੀ, ਸਾਡੇ ਮੁਲਕ ਦੇ ਅੰਦਰ, ਉੱਥੇ ਦੀ ਪੁਲਿਸ ਸਟੇਸ਼ਨ ਦੇ ਅੰਦਰ ਬਾਥਰੂਮ ਨੀਟ ਐਂਡ ਕਲੀਨ ਹੁੰਦੇ ਨੇ, ਮਤਲਬ ਸਾਫ ਸੁਥਰੇ ਹੁੰਦੇ ਨੇ। ਯੈਸ, ਤੁਹਾਡੇ ਇੱਥੇ ਬਾਥਰੂਮ ਹੀ ਨਹੀਂ ਹੈ? ਮੈਂ ਗਲੀ ਅੰਦਰ ਜਾ ਕੇ ਆਇਆ ਹੈਗਾ। ਜਨਾਬ, ਇੱਥੇ ਬਾਥਰੂਮਾਂ ਦੀ ਲੋੜ ਹੀ ਨਹੀਂ ਪੈਂਦੀ, ਇੱਥੇ ਬੰਦੇ ਦਾ ਠਾਣੇ ਵੜਦੇ ਸਭ ਕੁਝ ਨਿਕਲ ਜਾਂਦਾ। ਮਿਸਟਰ ਹਨੇਰਾ, ਆਈ ਵਾਂਟ ਟੂ ਨੋ ਵਨ ਥਿੰਗ, ਮੈਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਦੇਖ ਰਹੀ ਹਾਂ ਕਿ ਪੁਲਿਸ ਵਾਲੇ ਕਿਸੇ ਵੀ ਰੇੜੀ ਤੋਂ ਕੁਛ ਵੀ ਖਾ ਲੈਂਦੇ ਨੇ, ਤੇ ਸਭ ਤੋਂ ਵੱਡੀ ਗੱਲ ਪੈਸੇ ਵੀ ਨਹੀਂ ਦਿੰਦੇ। ਮੈਡਮ ਸਟੈਨ, ਦਰਅਸਲ ਇਹ ਬੜੀ ਗੁੱਝੀ ਗੱਲ ਹੈ। ਗੁੱਝੀ ਗੁੱਝੀ ਗੱਲ ਮਤਲਬ ਸੀਕ੍ਰੇਟ ਗੱਲ ਹੈ, ਕਿਉਂਕਿ ਜਦੋਂ ਅਸੀਂ ਕਿਸੇ ਰੇੜੀ ਤੋਂ ਕੁਛ ਖਾਂਦੇ ਹਾਂ ਨਾ, ਤੇ ਜੇ ਅਸੀਂ ਉਸ ਰੇੜੀ ਵਾਲੇ ਨੂੰ ਪੈਸੇ ਦੇਈਏ, ਤੇ ਇੱਥੋਂ ਦੀ ਯੂਨੋ ਪ੍ਰੈਸ ਬੜੀ ਫਾਸਟ ਹੈ, ਪ੍ਰੈਸ ਫੋਟੋਗ੍ਰਾਫਰ ਸਾਡੀ ਕੋਈ ਫੋਟੋ ਖਿੱਚ ਲੈ, ਜੇ ਉਹ ਫੋਟੋ ਆ ਜਾਏ ਅਖਬਾਰ ਚ, ਉਸ ਫੋਟੋ ਨੂੰ ਭਲਾ ਦੇਖ ਕੇ ਕੀ ਲੱਗੇਗਾ ਕਿ ਅਸੀਂ ਪੈਸੇ ਦੇ ਰਹੇ ਹਾਂ ਜਾਂ ਪੈਸੇ ਲੈ ਰਹੇ ਹਾਂ? ਵੈਰੀ ਗੁੱਡ ਮਿਸਟਰ ਹਨੇਰਾ, ਵੈਰੀ ਗੁੱਡ, ਲੈਟ ਬਾਈ ਗੋਨ ਬੀ ਬਾਈ ਗੋਨ, ਜੋ ਹੋ ਗਿਆ ਸਫਲ ਜਾਓ, ਕੰਮ ਦੀ ਗੱਲ ਕਰੀ ਹੈ। ਹਾਂ ਕਰੋ ਕਰੋ, ਸਾਨੂੰ ਘੱਟੋ ਘੱਟ ਮਿਸਟਰ ਹਨੇਰਾ ਕੈਨੇਡਾ ਤੋਂ ਆਏ ਮੇਰੇ ਖਿਆਲ 11-12 ਦਿਨ ਹੋ ਗਏ ਹੋਣੇ ਨੇ। ਸੰਤਾ ਬੰਤਾ ਕਿੱਥੇ ਆ, ਕਿੱਥੇ ਨਹੀਂ ਆ, ਮੇਰੀ ਇਹ ਸਮਝ ਨਹੀਂ ਆਉਂਦਾ, ਹੋਣਗੇ ਤਾਂ ਕਿੱਥੇ ਹੋਣਗੇ? ਦੇਖੋ ਦੇਖੋ ਪਲੀਜ਼ ਸਰ, ਬੜੀ ਅੱਛੀ ਵਰਾਇਟੀ ਹੈ, ਬਾਲਾਜੀ ਦਾ ਨਾਮ ਵੈਸੇ ਬੜਾ ਸੁਣਿਆ ਆਪਾਂ। ਸਰ ਸਾਡੇ ਵਰਗੀ ਕੁਆਲਿਟੀ ਤੁਹਾਨੂੰ ਪੂਰੇ ਸਿਟੀ 'ਚ ਨਹੀਂ ਮਿਲੇਗੀ ਸਰ। ਅੱਛਾ ਨਾ, ਕਲਰ ਮਹਿੰਗਾ ਸਰ? ਮਹਿੰਗਾ? ਹਾਂਜੀ ਹਾਂਜੀ ਸਰ। ਹਾਂਜੀ, ਪਹਿਲੀ ਵਾਰੀ ਕੰਨਿਆਦਾਨ ਦਾ ਮੌਕਾ ਮਿਲਿਆ, ਸਾਡੀ ਭੈਣ ਦਾ ਵਿਆਹ, ਮਨੀ ਇਜ਼ ਨੋ ਪ੍ਰੋਬਲਮ। ਬੇਟਾ ਚਾਹ ਲੈ ਕੇ ਆਓ ਸਭ ਕੇ ਲਈ। ਨਹੀਂ ਨਹੀਂ ਸਾਨੂੰ ਥੋੜੀ ਜਲਦੀ ਹੈ, ਹਾਲੇ ਸਾਰੀ ਪਰਚੇਜ਼ਿੰਗ ਕਰਨ ਵਾਲੀ ਹੈ, ਹਾਲੇ ਇੱਥੋਂ ਤੱਕ ਜਿਊਲਰੀ ਖਰੀਦਣ ਵਾਲੀ ਹੈ। ਜਿਊਲਰੀ ਖਰੀਦ ਰਹੀ ਹੈ? ਚਾਹ ਕੈਂਸਲ, ਕੋਟਲੀ ਲੈ ਕੇ ਆਓ ਸਭ ਕੇ ਲਈ। ਮੇਰੇ ਮਤਲਬ ਇੱਕ ਬਿੱਟੂ ਜੂਲਰ ਹੈ ਨਾ, ਜਿਹੜੇ ਮੇਰੇ ਬਹੁਤ ਖਾਸ ਹੈ, ਤੁਹਾਨੂੰ ਪ੍ਰੋਪਰ ਡਿਸਕਾਊਂਟ ਮਿਲੇਗਾ ਸਰ। ਬਿੱਟੂ ਜੂਲਰ ਆਂਸਲ ਪਲਾਜ਼ਾ ਵਾਲੇ? ਹਾਂਜੀ ਹਾਂਜੀ ਸਰ, ਉਹ ਐਗਜ਼ੈਕਟਲੀ ਐਗਜ਼ੈਕਟਲੀ। ਅਸੀਂ ਦੋ ਸੂਟ ਪੈਕ ਕਰਾ ਲਈਏ? ਹਾਂਜੀ ਹਾਂਜੀ ਪਲੀਜ਼। ਇਹ ਬਹੁਤ ਵਧੀਆ ਸੂਟ ਹੈ। ਠੀਕ ਠੀਕ, ਇਹ ਦੋਨੋਂ ਪੈਕ ਕਰ ਦਿਓ। ਰਾਈਟ ਸਰ। ਠੀਕ ਹੈ ਜੀ। ਰਾਈਟ ਸਰ। ਸਰ ਕੈਸ਼ ਪੇਮੈਂਟ ਚੱਲੇਗੀ ਨਾ? ਸਰ ਜੋ ਮਰਜ਼ੀ ਕਰੋ ਸਰ। ਸਰ ਪੈਕ ਕਰਕੇ ਨਾ ਜਰਾ ਬਿੱਲ ਬਣਵਾ ਦੇਣਾ। ਬਿੱਲ ਦੇ ਦਿਓ ਸਾਹਮਣੇ। ਕਿੰਨਾ ਬਣਿਆ ਜੀ? 9730 ਰੁਪਏ ਸਰ। 9730 ਦੱਸ ਹੀ ਦੱਸ ਪੂਰਾ ਨਹੀਂ, 500 ਰੁਪਏ ਬਸ ਡਿਸਕਾਊਂਟ। ਨਹੀਂ ਨਹੀਂ ਜਨਾਬ, ਤੁਸੀਂ ਇੱਦਾਂ ਕਰੋ, 500 ਰੁਪਏ ਰੱਖ ਲਓ, ਬੱਚਿਆਂ ਨੂੰ ਕੋਲਡ ਡਰਿੰਕ ਚਾਹ ਪਿਆ ਦਿਓ। ਓਕੇ, ਥੈਂਕ ਯੂ ਵੈਰੀ ਮੱਚ। ਉਹ ਬਿੱਟੂ ਜੀ ਨੂੰ ਫੋਨ ਕਰ ਦਿਓ। ਜ਼ਰੂਰ ਜ਼ਰੂਰ। ਓਕੇ ਬਾਏ। 500 ਰੁਪਏ ਬੱਚਿਆਂ ਨੂੰ ਚਾਹ ਪਿਆ ਦਿਓ।
ਚੁੱਪ ਨੀ ਕਰਦਾ ਯਾਰ, ਕੀ ਕਰਾਂ ਯਾਰ, ਦੇਖੋ ਜੀ ਬੱਚਾ ਚੁੱਪ ਨੀ ਕਰਨ ਡਿਆ, ਇੱਕ ਸਮਝ ਨੀ ਆਂਟੀ ਗਹਿਣਾ ਕਿਹੜੇ ਖਰੀਦੀਏ ਯਾਰ। ਲਾਜੀ ਮਾਫ ਕਰਨਾ ਹੈ ਯਾਰ, ਦੁੱਧ ਬੋਤਲ ਕਿੱਥੇ? ਮੈਨੂੰ ਨੀ ਪਤਾ, ਮੈਨੂੰ ਦੇਖ ਲੈਂਦੇ। ਇਸ ਬੱਚੇ ਦੀ ਮੰਮੀ ਨੇ ਤੁਸੀਂ ਨਾਲ ਹੀ ਲੈ ਕੇ ਆਏ? ਭਾਬੀ ਜੀ ਆਏ ਤੇ ਨਾਲ ਹੀ ਨੇ, ਉਹ ਥੱਲੇ ਗੱਡੀ ਚ ਬੈਠੇ ਨੇ। ਗੱਡੀ ਚ ਬੈਠੇ ਨੇ? ਓ ਭਾਈ ਸਾਹਿਬ, ਉਹਨਾਂ ਨੂੰ ਉੱਪਰ ਕਿਉਂ ਨੀ ਲੈ ਕੇ ਆਏ? ਨਾਲੇ ਗਹਿਣੇ ਪਸੰਦ ਕਰ ਲੈਂਦੇ, ਨਾਲੇ ਬੱਚੇ ਨੂੰ ਚੁੱਪ ਕਰਾ ਲੈਂਦੇ। ਲਾਜੀ ਗੁੱਸਾ ਨਾ ਕਰਿਓ, ਜੇ ਤੁਹਾਡੀਆਂ ਦੋਨੋਂ ਲੱਤਾਂ ਟੁੱਟੀਆਂ ਹੋਣ ਤੇ ਤੁਸੀਂ ਆਪਣੀ ਦੁਕਾਨ ਚ 168 ਪੌੜੀਆਂ ਚੜ੍ਹ ਕੇ ਉੱਤੇ ਆਓਗੇ? ਕੀ ਮਤਲਬ? ਮਤਲਬ ਲਾਲਾ ਜੀ ਇਹ ਹੈ ਕਿ ਪਿੱਛੇ ਜੇ ਸਾਡੀ ਭਰਜਾਈ ਦਾ ਹੋ ਗਿਆ ਐਕਸੀਡੈਂਟ, ਦੋਨੋਂ ਲੱਤਾਂ ਟੁੱਟ ਗਈਆਂ ਉਹਨਾਂ ਦੀਆਂ, ਦੋਨਾਂ ਲੱਤਾਂ ਤੇ ਲੱਗਾ ਪਲਸਤਰ। ਸਾਨੂੰ ਬੰਦਿਆਂ ਨੂੰ ਕੀ ਸਮਝ ਹੈ ਜੀ, ਕਿਹੜੇ ਗਹਿਣੇ ਲੈਣੇ ਆ ਕਿਹੜੇ ਨਹੀਂ ਲੈਣੇ, ਆਖਿਰ 20-25 ਲੱਖ ਦਾ ਮਾਮਲਾ ਲਾ ਜੀ, ਕੀ ਕਰੀਏ? ਵੈਸੇ ਮੈਂ ਤਾਂ ਕਹਿੰਦਾ ਜਾ ਕੇ ਭਰਜਾਈ ਨੂੰ ਗਹਿਣੇ ਦਿਖਾਈ ਆ। ਹਾਂ ਕਿਉਂ ਨੀ, ਕਿਉਂ ਨੀ ਬੱਚੇ ਵਾਲਿਓ, ਲੈ ਜਾਓ ਤੁਸੀਂ ਮਹਾਰਾਜ, ਕਮਾਲ ਹੈ, ਤੁਹਾਡੀ ਆਪਣੀ ਦੁਕਾਨ ਆ, ਹੈ ਜਾ ਕੇ ਭਾਬੀ ਨੂੰ ਆਰਾਮ ਨਾਲ ਥੱਲੇ ਜਾ ਕੇ ਦਿਖਾ ਕੇ ਆਓ। ਤੁਸੀਂ ਭਾਅ ਜੀ ਗਹਿਣੇ ਲੈ ਜਾਓ, ਭਾਜੀ ਮੇਰੇ ਕੋਲ ਮਿਲਦੇ ਆ। ਲਾ ਜੀ ਬਹੁਤ ਵਧੀਆ ਬੰਦੇ ਲਾ ਜੀ, ਇੱਕ ਮਿੰਟ ਫੜਿਓ ਤੁਸੀਂ। ਲਾ ਜੀ ਇੱਕ ਗੁਜ਼ਾਰਿਸ਼ ਹੈ ਜੀ, ਇਹ ਹੈਗਾ ਥੋੜਾ ਲਾਪਰਵਾਹ, 20-25 ਲੱਖ ਦਾ ਮਾਮਲਾ ਜਿਹੜਾ ਬਰੀਫ ਕੇਸ ਦਾ ਧਿਆਨ ਰੱਖਣਾ ਤੁਸੀਂ। ਉਹ ਤੇ ਚਿੰਤਾ ਨਾ ਕਰੋ ਸ਼ਾਹ ਜੀ, ਮੁੰਡਿਆ ਲਿਓ। ਉਹ ਚੁੱਪ ਕਰ ਜਾ, ਹੁਣੇ ਡੈਡੀ ਆ ਜਾਣਗੇ। ਜਿਹੜੇ ਜੇਵਰ ਲੈ ਗਏ ਆ, ਭਲੀ ਦੇਰ ਹੋ ਗਈ ਗਏ ਨੂੰ। ਤੁਸੀਂ ਇੱਦਾਂ ਕਰੋ, ਇਹਨੂੰ ਸੰਭਾਲੋ, ਮੈਂ 2 ਮਿੰਟ ਆਇਆ ਜਰਾ ਭਾਜੀ ਨੂੰ ਦੇਖ ਕੇ। ਚੰਗਾ, ਤੇ ਲਾਲਾ ਜੀ ਇਹ ਸਾਡੀ ਅਮਾਨਤ ਹੈ, ਇਹਦਾ ਵੀ ਧਿਆਨ ਰੱਖਿਓ ਜਰਾ। ਮੈਂ ਹੁਣੇ ਗਿਆ ਤੇ ਹੁਣੇ ਆਇਆ ਭਾਜੀ ਨੂੰ ਦੇਖ ਕੇ ਜਰਾ। ਚੰਗਾ ਭਾਜੀ, ਬੱਚੇ ਦਿਓ ਜਿਹੜਾ ਛੇਤੀ ਆਈਏ। ਹੁਣੇ ਆਇਆ ਬਸ। ਓ ਲਾਲਾ, ਆ ਬੱਚਾ ਕਿਹਦਾ? ਉਹ ਬੱਚਾ, ਉਹ ਜਨਾਬ ਬੱਚਾ ਬੱਚੇ ਵਾਲਿਆਂ ਦਾ। ਬੱਚਿਆਂ ਵਾਲਾ ਨਹੀਂ ਹੂੰ, ਇਹ ਉਹ ਬੱਚਾ ਲੱਗਦਾ ਮੈਨੂੰ ਜਿਹੜਾ ਪਾਰਕ 'ਚ ਚੋਰੀ ਹੋਇਆ ਮਿਸਿਜ ਮਲਹੋਤਰਾ ਦਾ। ਓਲੇ ਵਾਲਾ ਸਾਹਿਬ, ਇਹ ਬੱਚਾ ਚੋਰੀ ਨਹੀਂ ਹੋਇਆ, ਇਹ ਤੇ ਦੋ ਸਰਦਾਰ ਅਸੀਂ ਬੜੇ ਭਲੇ ਮਾਸ, ਮੈਂ ਤਾਂ 25 ਲੱਖ ਦੇ ਗਹਿਣੇ ਲੈ ਗਏ ਥੱਲੇ ਦਿਖਾਉਣ ਨੂੰ, ਤੇ ਬੱਚਾ ਦੇ ਕੇ ਮੈਨੂੰ ਚੁੱਪ ਕਰਾਉਣ ਨੂੰ। ਲੱਗ ਗਿਆ ਟਾਂਕਾ, ਜਿਹਨਾਂ ਨੂੰ ਭਲੇ ਮਾਨਸ ਕਹਿੰਦੇ ਆ ਨਾ, ਉਹ ਸਿਰੇ ਦੇ ਠਾਗਾ, ਲਿਆ ਫੜਾ ਉਹਰੇ ਬੱਚਾ ਮੈਨੂੰ। ਉਹ ਭਵਾਲ ਦਾ ਸਾਹਿਬ, ਬਰੀਫ ਕੇਸ ਵੀ ਛੱਡ ਕੇ ਗਏ ਆ। ਇਹ ਬਰੀਫ ਕੇਸ, ਇਹਦੇ ਵਿੱਚ ਵੀ ਇੱਟਾਂ ਹੋਣੀਆਂ, ਮਾਰੀ ਜਾ ਸਿਰ 'ਚ ਫੜਾ ਉਹਰੇ ਬੱਚਾ। ਇੱਟਾਂ ਆਇਓ, ਮੇਰਾ 25 ਲੱਖ ਮਿਲ ਗਿਆ। ਉਹ ਲਾਲਾ ਜੀ ਉੱਠੋ, ਸਾਡੀ ਕਮਿਸ਼ਨ ਦੇਣ ਦੇ ਮਾਰੇ ਸਿਰ ਸੁੱਟ ਕੇ ਪੈ ਗਏ ਜੇ, ਸਾਡੀ ਕਮਿਸ਼ਨ ਹੈ। ਕਮਿਸ਼ਨ? ਹਾਂਜੀ, ਕਾਹਦੀ ਕਮਿਸ਼ਨ? ਕਮਿਸ਼ਨ, ਉਹਨੇ ਲੱਖਾਂ ਦਾ ਸੌਦਾ ਕੀਤਾ ਜੇ, ਉਹ ਕਮਿਸ਼ਨ ਹੈ। ਤੈਨੂੰ ਕਮਿਸ਼ਨ ਚਾਹੀਦੀ ਹੈ? ਹਾਂ, ਕੱਢੋ ਕੱਢੋ ਫਟਾਫਟ। ਕੋਈ ਗੱਲ ਨੀ, ਸਾਹਬ ਹੁਣੀ ਆਉਂਦੇ ਭਜਾਉਂਦੇ, ਚੁੱਪ ਕਰ। ਹਾਂ ਹਾਂ, ਕੋਈ ਗੱਲ ਨੀ, ਬਸ ਠੀਕ ਹੈ, ਮੈਂਬਰ ਵੀ ਇੱਥੇ ਆਪਣੇ ਪੰਚਾਇਤ ਮੈਂਬਰ, ਚਲੋ ਠੀਕ ਹੈ, ਕੋਈ ਗੱਲ ਨੀ। ਓਕੇ ਓਕੇ ਸਰ, ਨੋ ਸਾਈਕਲ ਦਾ ਹੁਲੀਆ ਲਿਖਾ, ਭੂਤ ਨੀ ਦਿਆ, ਚਿੱਟਾ ਹੈਂਡਲ, ਕਾਲੇ ਪੈਂਡਲ, ਅੱਗੇ ਟੂਬ, ਪਿੱਛੇ ਫੂਕ, ਕੈਰੀਅਰ ਨੀ ਹੈਗਾ। ਅੱਛਾ ਅੱਛਾ, ਪਿਛਲਾ ਕੈਰੀਅਰ ਬਿਲਕੁਲ ਹੀ ਹਾਨੇ? ਨਹੀਂ ਹਾਨੀ। ਕੋਈ ਗੱਲ ਨੀ, ਸਾਈਕਲ ਲੱਭ ਗਿਆ ਤੇ ਤੂੰ ਅਸੀਂ ਪਹੁੰਚਾ ਦਿਆਂਗੇ। ਠੀਕ ਹੈ ਜਨਾਬ, ਉਹ ਸਾਈਕਲ ਤੇ ਮੇਰਾ ਉਹ ਤੁਹਾਡਾ ਪੁਲਿਸ ਵਾਲਾ ਲਈ ਆਉਂਦਾ। ਹੈਂ, ਉਹ ਤੁਹਾਡਾ ਬੰਦਾ ਲਈ ਆਉਂਦਾ ਸਾਈਕਲ ਮੇਰਾ। ਪੱਕੀ ਗੱਲ, ਸਾਈਕਲ ਤੇਰਾ? ਹਾਂ ਮੇਰਾ, ਚਿੱਟਾ ਹੈਂਡਲ, ਕਾਲੇ ਪੈਂਡਲ, ਅੱਗੇ ਟਾਇਰ, ਪਿੱਛੇ ਟੂਬ, ਕੈਰੀਅਰ ਹੈਣੀ, ਮੇਰਾ ਸਾਈਕਲ ਆ। ਅੱਛਾ 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 ਅੱਛਾ, ਪੱਕੀ ਗੱਲ ਸਾਈਕਲ ਤੇਰਾ? ਹਾਂ ਮੇਰਾ ਵਾ। ਹੈਂ, ਪੱਕੀ ਗੱਲ ਆ? ਹਾਂ ਮੇਰਾ ਸਾਈਕਲ, ਮੈਂ ਪਛਾਣਦਾ ਨੀ। ਉਹ ਗੱਲ ਸੁਣ, ਜੇ ਸਾਈਕਲ ਤੇਰਾ ਭੂਤ ਨੀ ਦਿਆ, ਜਿਹੜੇ ਉਹਦੇ ਮਗਰ 50 ਕਿਲੋ ਡੋਡੇ ਲੱਦੇ ਸੀ, ਉਹ ਕਿਤੇ ਹੀ ਹੋ? ਡੋਡੇ ਮੈਂ ਕਿੱਥੋਂ ਲੱਦ ਲਏ, ਮੇਰੇ ਤਾਂ ਕੈਰੀਅਰ ਹੀ ਹੈਣੀ ਪਿੱਛੇ। ਹਾਂ ਕੈਰੀਅਰ ਹੈਣੀ ਪਿੱਛੇ। ਉਹ ਗੱਲ ਸੁਣ, ਜੇ 50,000 ਦੇ ਡੋਡੇ ਪਾ ਸਕਦੇ ਹਾਂ, ਇੱਕ ਅਸੀਂ 50 ਰੁਪਏ ਦਾ ਮਗਰ ਕੈਰੀਅਰ ਨੀ ਲਵਾ ਸਕਦੇ? ਇਹ ਕੰਮ ਨੀ ਹੋ ਸਕਦਾ, ਮੇਰੇ ਕੋਲ ਤਾਂ ਅੱਗੇ ਸਟਾਫ ਘੱਟ ਹੈ, ਮੈਂ ਬੰਦਾ ਭੇਜ ਕੇ ਮੈਂ ਕਿੱਦਾਂ ਕੰਮ ਕਰਾਂਗਾ? ਦੇਖੋ ਤੁਸੀਂ ਕਿਹਾ ਸੀਗਾ ਤੁਸੀਂ ਬਾਹਰੋਂ ਆਇਆ ਹੈਗਾ, ਹਾਂ
ਇਹ ਕਸੀਟਾ ਰਾਮ ਜਾਣਦਾ ਕਿ ਸੰਤਾ ਬੰਤਾ ਕੌਣ ਆ? ਅਸਾਂ ਨਹੀਂ ਜਾਣਦੇ ਤੇ ਪਲੀਜ਼ ਸਾਡੇ ਨਾਲ ਇਹਨ ਬੰਦੇ ਨੂੰ ਭੇਜ ਦਿਓ, ਤੁਹਾਡੀ ਬਹੁਤ ਥੈਂਕਫੁਲ ਟੂ ਯੂ। ਚਲੋ ਜੇ ਤੁਸੀਂ ਜ਼ਿਆਦਾ ਕਹਿ ਰਹੇ ਹੋ ਨਾ ਤੇ ਮੈਂ ਕਸੀਟੇ ਨੂੰ ਭੇਜ ਦਿੰਦਾ। ਤੇ ਜਨਾਬ ਚਲੇ ਤੇ ਮੈਂ ਜਾਊਂਗਾ ਪਰ ਆਪਣਾ ਦਿਹਾੜੀ ਡੱਪਾ ਦਿਹਾੜੀ ਡੱਪਾ ਮਤਲਬ LPA LPA ਕੀ ਹੁੰਦਾ ਸਰ? LPA ਮਤਲਬ ਲੱਸੀ ਪਾਣੀ ਅਲਾਊਂਸ। ਠੀਕ ਆ ਠੀਕ ਆ, ਤੁਹਾਨੂੰ ਲੱਸੀ ਪਾਣੀ ਪੂਰਾ ਮਿਲੇਗਾ ਪਰ ਸਾਡੇ ਨਾਲ ਕਸੀਟਾ ਭੇਜ ਦਿਓ। ਖਤਰਨਾਕ ਚੋਰ ਤੇ ਠੱਗ ਸੰਤਾ ਬੰਤਾ ਫਿਰ ਤੋਂ ਨਕਲੀ ਪਾਸਪੋਰਟ ਤੇ ਟੋਰਾਂਟੋ ਭੱਜ ਗਏ ਨੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਫੜਨ ਵਾਸਤੇ ਹੌਲਦਾਰ ਕਸੀਟਾ ਨੂੰ ਕੈਨੇਡਾ ਭੇਜ ਕੇ ਇੱਕ ਅਨੋਖਾ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੂੰ ਭਰੋਸਾ ਹੈ ਕਿ ਹੌਲਦਾਰ ਕਸੀਟਾ ਸੰਤਾ ਬੰਤਾ ਨੂੰ ਫੜ ਕੇ ਪੰਜਾਬ ਪੁਲਿਸ ਦਾ ਨਾਮ ਵਿਸ਼ਵ ਪੱਧਰ ਤੇ ਰੋਸ਼ਨ ਕਰੇਗਾ। ਅੱਜ ਮੁਲਕ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕੋਪਨਹੈਗਨ ਸਮੱਸਿਆ ਦਾ ਹੱਲ ਛੇਤੀ ਹੀ ਕੱਢ ਲਿਆ ਜਾਵੇਗਾ ਤੇ ਉਹਨਾਂ ਨੂੰ ਉਮੀਦ ਹੈ ਕਿ ਬਰਾਕ ਓਬਾਮਾ ਛੇਤੀ ਹੀ ਇਸ ਬਾਰੇ ਕੁਝ ਕਦਮ ਚੁੱਕਣਗੇ। ਤੁਹਾਨੂੰ ਪਤਾ ਹੀ ਹੈ ਕਿ ਕੋਪਨਹੈਗਨ ਵਿੱਚ ਚੱਲ ਰਹੀ ਸਮੱਸਿਆ ਦੇ ਦੌਰਾਨ ਵਿਸ਼ਵ ਪੱਧਰ ਦੇ 192 ਦੇਸ਼ਾਂ ਨੇ ਮਤਾ ਪਾਸ ਕਰਕੇ ਇਹ ਯਤਨ ਕੀਤਾ ਹੈ ਕਿ ਭਾਈ ਐਡਾ ਸੋਹਣਾ ਕੈਨੇਡਾ ਦਾ ਏਅਰਪੋਰਟ ਸੁਪਨੇ ਵਿੱਚ ਵੀ ਨਹੀਂ ਵੇਖਿਆ। ਮੈਨੂੰ ਲੱਗਦਾ ਮੈਂ ਪਹਿਲਾ ਪੁਲਿਸ ਵਾਲਾ ਹੋਣਾ ਜਿਹੜਾ ਜੀਂਦਿਆਂ ਜੀ ਸਵਰਗ 'ਚ ਆ ਗਿਆ। ਓ ਟੈਕਸੀ ਡਰਾਈਵਰ! ਯੈਸ ਬ੍ਰਿੰਗ ਟੈਕਸੀ ਯਾਰ। ਆਈ ਐਮ ਪਾਇਲਟ ਨਾਟ ਟੈਕਸੀ ਡਰਾਈਵਰ। ਯੂ ਪਾਇਲਟ? ਫਿਰ ਜਹਾਜ਼ ਲੈ ਯਾਰ। ਸਟੂਪਿਡ ਸਾਲਾ, ਸਟੂਪਿਡ ਦਾ। ਵਾਟਸ ਮੀਨ ਆਫ ਸਾਲਾ? ਇਹ ਸਾਲਾ ਮੇਰੇ ਮੁੰਡੇ ਦਾ ਮਾਮਾ। ਤੂੰ ਜਹਾਜ਼ ਚਲਾ ਸਕਦਾ, ਇੱਕ ਟੈਕਸੀ ਨਹੀਂ ਚਲਾ ਸਕਦਾ। ਅਸੀਂ ਤੇ ਪੰਜਾਬ ਪੁਲਿਸ ਵਾਲੇ ਹਾਂ, ਅਸੀਂ ਤੇ ਜਹਾਜ਼ ਦਾ ਗੱਡਾ ਬਣਾ ਦੇਈਦਾ। ਤੇਰੇ ਵਰਗੇ 20 ਜਹਾਜ਼ ਬਣਾਈ ਦੇ, ਅਜੇ ਤੇ ਮੈਂ ਤੈਨੂੰ ਗੰਦੀ ਗਾਲ ਨਹੀਂ ਕੱਢੀ, ਬਚ ਗਿਆ ਤੂੰ। ਹਜੇ ਗੰਦੀ ਗਾਲ ਤੇ ਕੱਢੀ ਨਹੀਂ, ਪਹਿਲੋਂ ਹੀ ਭੱਜ ਗਏ ਜੇ ਸਾਲਾ ਸਾਲੇ ਹਾਰ ਨੂੰ ਲੈ ਕੇ। ਵੱਡਾ ਦੇਸੀ ਕੈਨੇਡੀਅਨ। ਕੋਈ ਲੈਣ ਹੀ ਨਹੀਂ ਆਇਆ, ਲੱਗਦਾ ਮੈਂ ਏਅਰਪੋਰਟ ਦੇ ਪਿਛਲੇ ਗੇਟ ਥਾਣੀ ਨਿਕਲ ਆਇਆ। ਉਹ ਖੜੀ ਤਾਂ ਹੈ ਹੀ ਇੱਕ, ਇਹਨੂੰ ਕਿੱਦਾਂ ਪਤਾ ਲੱਗ ਗਿਆ ਮੈਂ ਪਿਛਲੇ ਗੇਟ ਥਾਣੀ ਆ ਗਿਆ? ਹਾਂ ਕਸੀਟਾ, ਮੈਂ ਕਸੀਟਾ। ਹੈਲੋ, ਮੈਂ ਗੁਰਬੀਰ। ਤੁਸੀਂ ਕੈਨੇਡਾ ਪੁਲਿਸ ਤੋਂ? ਮੈਂ ਤੁਹਾਨੂੰ ਲੈਣ ਆਈ ਹਾਂ। ਮੈਨੂੰ ਲੈਣ ਆਇਓ? ਚਲੋ ਫਿਰ ਚਲੀਏ। ਕੈਨੇਡਾ ਏਅਰਪੋਰਟ ਦਾ ਪਿਛਲਾ ਗੇਟ ਵੀ ਇੰਡੀਆ ਦੀ ਏਅਰਪੋਰਟ ਦੇ ਅਗਲੇ ਗੇਟ ਵਰਗਾ ਲੱਗਦਾ। ਤੁਸੀਂ ਪਹਿਲੇ ਮੱਥਾ ਟੇਕ ਲਓ, ਫਿਰ ਅਸੀਂ ਪੁਲਿਸ ਸਟੇਸ਼ਨ ਚੱਲਦੇ ਹਾਂ। ਕਸੀਟਾ ਜੀ, ਇਹ ਡਿਕਸੀ ਗੁਰਦੁਆਰਾ ਹੈ। ਆਪ ਪੜਿਓ। ਸੱਚੇ ਪਾਤਸ਼ਾਹ ਵਾਹਿਗੁਰੂ ਦਾਤਾ ਤੇਜ ਨੇ ਮੇਰਾ ਜਿਹੜੇ ਕੰਮ ਆਇਆ ਉਹ ਕੰਮ ਮੇਰਾ ਜ਼ਰੂਰ ਪੂਰਾ ਕਰ। ਕਸੀਟਾ ਰਾਮ, 2 ਮਹੀਨੇ ਹੋ ਗਏ ਤੇਰੀ ਵੇਟ ਕਰਦਿਆਂ ਨੂੰ। ਤੈਨੂੰ ਡਿਪਾਰਟਮੈਂਟ ਤੋਂ NOC ਲੈਣ ਨੂੰ ਬੜਾ ਟਾਈਮ ਲੱਗ ਗਿਆ, ਪਰ ਦੇ ਰਾਜ ਨੂੰ ਸਾਇ। ਸਰ, ਹੈਡ ਕਨਸਟੇਬਲ ਮਿਸਟਰ ਕਸੀਟਾ ਫਰਮ ਪੰਜਾਬ ਪੁਲਿਸ ਡਿਸਟ੍ਰਿਕਟ ਕਪੂਰਥਲਾ ਰਿਪੋਰਟਿੰਗ ਸਰ। ਵੈਲਕਮ ਵੈਲਕਮ, ਗੁੱਡ ਯੂਨੀਫਾਰਮ। ਪੰਜਾਬ ਦੀ ਵਰਦੀ ਸਰ, ਜਿਹੜੇ ਮੁਲਕ ਦਾ ਖਾਈਏ ਉਹਨੂੰ ਬੁਰਾ ਨਹੀਂ ਆਖੀਦਾ। ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ, ਭਾਵੇਂ ਬੂਟ ਪਾਲਸ਼ਾਂ ਕਰੀਏ ਬਾਬੇ ਭਗੜਾ ਪੱਬਿਆ। ਵਾਟ ਇਜ਼ ਟਾਕਿੰਗ? ਨੋ ਟਾਕਿੰਗ ਸਰ, ਹੀ ਇਜ਼ ਸਿੰਗਿੰਗ 4-5 ਸੌਂਗਸ ਟੂਗੈਦਰ ਲਾਈਕ ਮਿਕਸ ਵੈਜੀਟੇਬਲ ਆਫ ਪੰਜਾਬ। ਵਾਟ ਪੰਜਾਬ? ਪੰਜ ਦਰਿਆਵਾਂ ਦੀ ਧਰਤੀ ਸਰ। Sir, 5 rivers land, sir. A great Punjab. anyway, you go and join your duty traffic. Duty da milunga ki gori chamdi wale ho.
What about a salary? Sir, salary. He's demanding for salary. Your squadman will pay you. Kavrana kasita. Then the Punjab police rupaiya devegi. Kam dalra cha. Dene rupaiye. E daso. Utto ki banuga utto. What utto? Sir, he's talking about what you'll give him under the table. What under the table? In other countries, dende thalyo di hai, lekin lende upro di hai. Sir, kende kush, karde kush. No. Our country is great country. You go and join your duty immediately, understand? Janab, hukm de fane ha. ਜਿੱਥੇ ਕਹੋਗੇ ਠੁਕ ਜਾਗੇ ਮੇਰਾ ਨਾਮ ਹੀ ਹੌਲਦਾਰ ਘਸੀਟਾ ਕੋਈ ਐਵੇਂ ਨਹੀਂ ਇਹ ਮੈਂ ਕਿਹਾ ਜੀ ਕੀ ਸੇਵਾ ਕਰਾਂ ਇੱਕ ਕਿਲੋ ਮੱਛੀ ਲੋ ਜੀ ਇਹ ਪੈਸੇ ਇੱਧਰ ਦੇ ਦਿਓ ਜੀ ਇਹ ਲੋ ਜੀ ਇੱਕ ਕਿਲੋ ਮੱਛੀ ਮੈਂ ਕਿਹਾ ਸਰਦਾਰ ਜੀ ਕਿੱਦਾਂ ਦੀ ਲੱਗੀ ਫਿਰ ਜਗਰਾਨ ਦੇ ਮਸਾਲੇ ਵਾਲੀ ਮੱਛੀ ਕਿਆ ਬਾਤ ਹੈ ਜੀ ਕਿਆ ਸਵਾਦ ਹੈ ਮੈਂ ਮਜ਼ਾ ਆ ਗਿਆ ਜੀ ਮੈਂ ਕਿਹਾ ਯਾਦ ਕਰੋਗੇ ਪੰਜਾਬ ਚ ਵੀ ਫਿਰ ਸਾਡੀ ਮੱਛੀ ਨੂੰ ਇਹ ਦਰਿਆ ਦੀ ਮੱਛੀ ਕਿ ਸਮੁੰਦਰ ਦੀ ਦੇਖੋ ਜੀ ਨਾ ਇਹ ਹੈਗੀ ਹੈ ਦਰਿਆ ਦੀ ਤੇ ਨਾ ਇਹ ਹੈਗੀ ਜੀ ਸਮੁੰਦਰ ਦੀ ਇਹ ਹੈਗੀ ਜੀ ਐਂਟਾਰੀਓ ਲੇਕ ਦੀ ਇਹ ਨੈਪਕਿਨ ਨੁਪਕਿਨ ਨਹੀਂ ਰੱਖਿਆ ਇਹ ਨੈਪਕਿਨ ਬਸ ਝੰਗੇ ਨਾਲ ਹੀ ਪੂੰਝੋਗੇ ਪੰਜਾਬ ਦਾ ਮਾਹੌਲ ਹੋ ਜਾਏਗਾ ਪੂਰਾ ਬਹੁਤ ਮਜ਼ਾ ਆਇਆ ਵਾਕਈ ਬਹੁਤ ਮਜ਼ਾ ਆਇਆ ਮੈਂ ਕਿਹਾ ਜੀ ਸਵਾਦ ਆ ਗਿਆ ਜੀ ਇਹ ਮੈਂ ਕਿਹਾ ਜੀ ਮਾਇਆ ਪੈਸੇ ਮਨੀ ਡਾਲਰ ਕਾਹਦੇ ਪੈਸੇ ਇਹ ਕੀ ਲਿਖਿਆ ਤੁਸੀਂ ਸਾਡੇ ਗਾਹਕ ਹੀ ਨਹੀਂ ਤੁਸੀਂ ਸਾਡੇ ਯਾਰ ਵੀ ਹੋ ਜਨਾਬ ਯਾਰੀ ਹੋਣੀ ਹੈ ਯਾਰੀ ਅਸੀਂ ਦਿਖਾ ਦਿੰਦੇ ਹਾਂ ਕੋਜਾ ਸਿੰਘ ਦਿਖਾ ਫਿਰ ਯਾਰੀ ਜਾਨਾ ਦੀ ਇਹਨਾਂ ਚੋਰਾਂ ਨੂੰ ਪਾਲਾ ਲੰਮਾ ਅੱਠੋ ਸੱਠ ਲੈ ਉਹ ਕੋਜਾ ਸਿੰਘ ਸੁੱਟ ਲੱਥ ਦੇ ਪੜ੍ਹਨਾ 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 ਜਾਨਾ ਦੀ ਹੁਣ ਆ ਗਿਆ ਸਰਦਾਰ ਤੇ ਗੋਡੇ ਥੱਲੇ ਉਹ ਤੂੰ ਵੀ ਥੱਲੇ ਆ ਉਹ ਪੁਲਿਸ ਨੂੰ ਬੁਲਾ ਜਲਦੀ 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 ਬੁਲਾ ਯਾਰ ਪੁਲਿਸ ਨੂੰ ਮੋਬਾਈਲ ਕੱਢ 911 ਕਰ ਓਏ ਮੈਂ ਇਹਨੂੰ ਮਸਾ ਕਾਬੂ ਕੀਤਾ ਆ ਬੰਦਾ ਸਿੰਘ ਇਹਨਾਂ ਕੋ ਮੋਬਾਈਲ ਮੇਰਾ ਲੈ ਲਓ ਪੁਲਿਸ ਬੁਲਾਓ ਜਲਦੀ ਨਹੀਂ ਤਾਂ ਮੈਂ ਮਿੱਥੇ ਆ ਗਿਆ ਪੁਲਿਸ ਬੁਲਾਓ ਜਲਦੀ ਬੀਬੀ ਤੁਹਾਨੂੰ ਮੈਂ 20 ਸੀੜੀਆਂ ਮਾਰੀਆਂ ਤੁਹਾਨੂੰ ਮੇਰੀ ਇੱਕ ਸੀੜੀ ਨਹੀਂ ਸੁਣੀ ਤੁਸੀਂ ਕੈਨੇਡਾ ਨੂੰ ਵੀ ਇੰਡੀਆ ਵਰਗਾ ਬਣਾਤਾ ਤੁਸੀਂ ਇਦਾਂ ਰੈੱਡ ਲਾਈਟ ਚੋਂ ਲੰਘੀ ਆਉਂਦੀਆਂ ਜੀ ਦੇ ਪੁੱਤ ਸੀੜੀਆਂ ਸੁਣਨ ਦਾ ਵੀ ਕੋਈ ਉਮਰ ਦਾ ਤਕਾਜ਼ਾ ਹੁੰਦਾ ਹੈ ਨਾ ਤੂੰ 20 ਸੀਟੀਆਂ ਨੂੰ ਰੋਣ ਦੀ ਇੱਕ ਉਹ ਵੀ ਉਮਰ ਹੁੰਦੀ ਸੀ ਜਦੋਂ ਅਸੀਂ ਇੱਕ ਸੀਟੀ ਮਾਰੀ ਤੇ ਉੱਥੇ ਹੀ ਖਲੋ ਜਾਈਦਾ ਸੀ ਸਰਦਾਰ ਸੁਖਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ ਜੀ ਤੁਸੀਂ ਕਿੱਥੇ ਪੁੱਜ ਲਿਆ ਤੁਹਾਡਾ ਨਾਮ ਸੁਖਬੀਰ ਸਿੰਘ ਹੈ ਬੋਲੋ ਸੱਚ ਹੈ ਕਿ ਝੂਠ ਹੈ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਤੁਹਾਡੇ ਮੱਥੇ ਦੀਆਂ ਰੇਖਾਵਾਂ ਦੱਸਣ ਦੀਆਂ ਤੁਹਾਨੂੰ ਇੱਥੇ 15 ਸਾਲ ਹੋ ਗਏ ਨੇ ਕੈਨੇਡਾ ਦੇ ਵਿੱਚ ਹਾਂਜੀ ਤੁਹਾਡੇ ਮੱਥੇ ਦੀਆਂ ਰੇਖਾਵਾਂ ਦੱਸਣ ਦੀਆਂ 15 ਸਾਲ ਹੋ ਗਏ ਤੁਹਾਨੂੰ ਇੱਥੇ ਆਏ ਹਾਲੇ ਤੱਕ ਪੱਕੇ ਨਹੀਂ ਹੋਏ ਕਮਾਲ ਹੈ ਤੁਸੀਂ ਇੰਨੇ ਅੰਦਰ ਜਾਮੀ ਤੁਹਾਡਾ ਵਿਆਹ ਵੀ ਹੋ ਗਿਆ ਨਾ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਅਸਾਂ ਅੰਤਰ ਜਾਮੀ ਆ ਜਾਨੀ ਜਾਨ ਮੰਗੇ ਕਿ ਨਹੀਂ ਬੋਲੋ ਸੱਚ ਆ ਕਿ ਝੂਠ ਆ ਹਾਂ ਸੁਖਬੀਰ ਸਿੰਘ ਜੀ ਤੁਹਾਨੂੰ ਇੱਥੇ ਪੱਕੇ ਕਰਵਾ ਦਈਏ ਫਿਰ ਕਰਵਾ ਦਿਓ ਜੀ ਮਹਾਰਾਜ $100 ਦਾ ਨੋਟ ਤੁਹਾਡੀ ਜੇਬ 'ਚ ਹੋਏਗਾ ਹੋਏਗਾ ਇੱਥੇ ਰੱਖੋ ਫਿਰ $100 ਬੋਲ ਭੁੰਡਾ ਵਾਲੇ ਬਾਬੇ ਦੀ ਜੈ ਜੈ ਇੱਥੇ ਰੱਖੋ ਇਹ ਦੇਖੋ $100 ਦਾ ਨੋਟ ਆ ਗਿਆ ਇਹਨੂੰ ਅਸੀਂ ਘੁਮਾ ਲਿਆ ਬੋਲ ਬਾਬਾ ਭੁੰਡਾ ਵਾਲੇ ਦੀ ਜੈ ਬੋਲ ਬਾਬਾ ਭੁੰਡਾ ਵਾਲੇ ਦੀ ਬੋਲ ਬਾਬਾ ਭੁੰਡਾ ਵਾਲੇ ਦੀ ਜੈ ਜੈ ਬੋਲ ਬਾਬਾ ਭੁੰਡਾ ਵਾਲੇ ਦੀ ਜੈ ਹਾਏ ਹੈਲੋ from which country are you from south africa bol punda wale babe ji jai what is that oh money. Money. Oh, money. $100 no, please no, $100 no. Aagi. Hey oh sorry don't touch anchor chief na touch kita come we are Joshi. Joshi? Yeah. Dekh Biba, America toh bach ke aayi hai na. Bol Biba, sach hai ke jhoot hai? Tuhanu kitna pata chalya? Biba, tere matthe diyan lakeeran paiyan dasdiyan ne. Tu athe Canada je pakka hona jani hai. Ji. Vyah de base te pakka hona jani hai. Bol sach hai ke jhoot hai? Oh, sach kar rahe ho tusi bilkul. Tu athe bilkul pakka ho jayengi, tenu athe da card mil jayega. Immigration mil jayega. Biba, tenu athe pakka karwa diye fir? Ji, bilkul. ਲੈ ਫਿਰ ਅੱਖਾਂ ਬੰਦ ਕਰ ਤੇ ਲੈ ਬਾਬਿਆਂ ਦਾ ਨਾਂ ਲੇਕਿਨ ਉਹਦੇ ਲਈ ਮੈਨੂੰ ਕੀ ਕਰਨਾ ਪਏਗਾ ਬੋਲ ਬਾਬੇ ਭੁੰਡਿਆਂ ਵਾਲੇ ਦੀ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਇੱਕ ਵਾਰੀ ਬੋਲ ਬਾਬਾ ਭੁੰਡਿਆਂ ਵਾਲੇ ਦੀ ਜੈ ਅੱਖਾਂ ਬੰਦ ਭੁੰਡਿਆਂ ਵਾਲੇ ਬਾਬੇ ਦੀ ਜੈ ਹਾਂ $100 ਦਾ ਨੋਟ ਸਾਡੇ ਹੱਥ 'ਚ ਅੱਖਾਂ ਬੰਦ ਰੱਖ $100 ਦੇਖ ਤੈਨੂੰ ਉੱਥੇ ਪੱਕਾ ਕਰਾਂਗੇ ਲੇਕਿਨ ਫਿਰ ਕੰਮ ਤੇ ਬਣ ਜਾਏਗਾ ਨਾ ਤੂੰ ਉੱਥੇ ਪੱਕਾ ਹੋ ਜਾਏਗੀ $100 ਖਰਚ ਕੇ ਤੂੰ ਉੱਥੇ ਲੱਖਾਂ ਡਾਲਰ ਕਮਾਏਗੀ ਬੀਬਾ
ਜੈ ਬਾਬਾ ਬੁੰਡਾ ਵਾਲੇ ਦੀ ਜੈ ਬਾਬਾ ਬੁੰਡਾ ਵਾਲੇ ਦੀ ਬਾਬਾ ਪੁੰਡਾ ਵਾਲੇ ਦੀ ਜੈ ਬਾਬਾ ਪੁੰਡਾ ਵਾਲੇ ਦੀ ਜੈ ਓ ਕਿੱਧਰ ਗਏ ਪੁਲਿਸ ਜੀ ਤੁਸੀਂ ਸੁੱਤੇ ਪਏ ਹੋ ਕੀ ਹੋਇਆ ਦੋ ਜਣੇ ਮੇਰੇ ਕੋਲ $100 ਲੁੱਟ ਕੇ ਲੈ ਗਏ ਜੇ ਦੋ ਜਣੇ ਸੀ ਹਾਂਜੀ ਬਿਲਕੁਲ ਦੋ ਜਣੇ ਸੀ ਸਰਦਾਰ ਸੀ ਹਾਂਜੀ ਹਾਂਜੀ ਸਰਦਾਰ ਸੀ ਇਹਦਾ ਮਤਲਬ ਆ ਸੰਤਾ ਬੰਤਾ ਇੱਥੇ ਹੀ ਏ ਮੈਂ ਉਹਨਾਂ ਨੂੰ ਹੁਣੇ ਹੀ ਲੱਭਦਾ ਇੱਕ ਦੋ ਤਿੰਨ ਚਾਰ ਪੰਜ ਪੰਜ ਹੈਗੇ ਮੇਰੇ ਕੋਲ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਸਵੇਰ ਦੇ ਥਾਗਿਆਂ ਸੰਤੇ ਬੰਤੇ ਨੂੰ ਲੱਭ ਲੱਭ ਕੇ ਕਿਤੇ ਰੋਟੀ ਰਾਟੀ ਮਿਲ ਜੂਗੀ ਭੁੱਖ ਲੱਗੀ ਏ ਹਾਂ ਇਹ ਪੰਜਾਬੀ ਢਾਬਾ ਹੈਗਾ ਪੰਜਾਬੀ ਢਾਬਾ ਚੱਲ ਫਿਰ ਬੀਬਾ ਖਾਈਏ ਉੱਥੇ ਘਸੀਤਾ ਜੀ ਹਾਂ ਆ ਇਹ ਪੰਜਾਬੀ ਢਾਬਾ ਪੰਜਾਬੀ ਢਾਬਾ ਮੱਛੀ ਮੁੱਛੀ ਮਿਲ ਜੂਗੀ ਮੱਛੀ ਇਹਨਾਂ ਦੀ ਬੜੀ ਸਵਾਦ ਹੁੰਦੀ ਲੈ ਫਿਰ ਖਾਣੇ ਆ ਮੱਛੀ ਆ ਹਾਂ ਫਿਰ ਹਾਂਜੀ ਸਰ ਜੀ ਮੈਡਮ ਜੀ ਗੁੱਡ ਮਾਰਨਿੰਗ ਕੀ ਹਾਲ ਹੈ ਬਸ ਠੀਕ ਹੈ ਜੀ ਬਣਾ ਦੋ ਫਿਰ ਦੋ ਪਾਉਂਡ ਫਿਸ਼ ਕਰਾਰੀ ਜਈ ਬਣਾ ਦੇਣੇ ਜੀ ਹੁਣੇ ਲੋ ਆ ਬਣਾ ਹਾਂ ਫਿਰ ਜਗਰਾਂ ਵਾਲਾ ਮਸਾਲਾ ਪਾ ਕੇ ਕਰਾਰੀ ਜੀ ਇਹ ਜਨਾਬ ਹੁਣੇ ਲੋ ਜਗਰਾਂ ਵਾਲੇ ਮਸਾਲੇ ਦੀ ਫਿਸ਼ ਤੇ ਅੱਛ ਅੱਛ ਕਰਾ ਲੈਂਦੀ ਵੱਡਿਆਂ ਵੱਡਿਆਂ ਦੀ ਕਰਾਰਾ ਕਰ ਦੂ ਕਰਾਰਾ ਆਉਂਦੇ ਫਿਰ ਖਾ ਕੇ ਚੱਲਦੇ ਆ ਮੱਛੀ ਤੇਰੀ ਇਹ ਹੁਣੇ ਲੋ ਜੀ ਇਹ ਪਹਿਲਾਂ ਤਾਂ ਸੰਤਾ ਬੰਤਾ ਠੱਗ ਮੈਨੂੰ ਚੂਨਾ ਲਾ ਗਿਆ ਹੁਣ ਇਹ ਪਹਿਲਾਂ ਭੁੱਖ ਆਉਂਦੀ ਸੀ ਤੇ ਹੁਣ ਭੁੱਖ ਦਾ ਫੁੱਫੜ ਵੀ ਨਾਲ ਆਇਆ ਮੈਂ ਹੁਣ ਹਵਲਦਾਰ ਨੂੰ ਪੂਰੀਆਂ ਮਰਚਾਂ ਪਾ ਕੇ ਖਵਾਉ ਮੁੜ ਕੇ ਇੱਧਰ ਮੁਫਤ ਹੀ ਮੱਛੀ ਖਾਣ ਨਹੀਂ ਆਊਗਾ ਲਿਆ ਬਈ ਅਫਮਜਾ ਸੇ ਲਿਆ ਬਈ ਮੱਛੀ ਮੁੱਛੀ ਆ ਚਟਨੀ ਚੁਟਨੀ ਨਹੀਂ ਫੜਾ ਹਾਂ ਇਹ ਚਟਨੀ ਵੀ ਇਹਨਾਂ ਨੂੰ ਮੈਂ ਕਰਾਰੀ ਜੀ ਦਿਨਾ ਵੱਟ ਕੱਢਣ ਵਾਲੀ ਮੁੜ ਕੇ ਨਾ ਉਹ ਤੂੰ ਆਪ ਹੀ ਖੰਘੀ ਹੋਰ ਪੁਲਿਸ ਆਇਓ ਸਾਡੇ ਪੰਜਾਬ ਦਾ ਕੀ ਹਾਲ ਆ ਬਈ ਠੀਕ ਠਾਕ ਚੜ੍ਹਦੀ ਕਲਾ ਬੱਲੇ ਹੋਏ ਭੁੱਖ ਦਿਆ ਫੁੱਫੜਾ ਕੋਈ ਵਾਕਈ ਸਵਾਦ ਆ ਮੱਛੀ ਜਗਰਾਵਾਂ ਵਾਲੀ ਕਿਆ ਬਾਤ ਆ ਇਹ ਹੋਲਦਾ ਸਾਹਿਬ ਕਿੱਦਾਂ ਦੀ ਲੱਗੀ ਫੇ ਜਗਰਾਉਣ ਦੇ ਮਸਾਲੇ ਵਾਲੀ ਮੱਛੀ ਉਹ ਮੱਛੀ ਦੇ ਤੇਰੀ ਬੜੀ ਸਵਾਦ ਸੀ ਆ ਬਣਾਉਂਦੇ ਜਿਹੜੀ ਕਿ ਇਦਾਂ ਦੀ ਕਰਾਰੀ ਜੀ ਜਗਰਾਂ ਵਾਲਾ ਮਸਾਲਾ ਪਾ ਕੇ 2 ਕਿਲੋ ਹੋਰ ਉਹ 2 ਕਿਲੋ ਹੋਰ ਉਹ ਤੁਹਾਡਾ ਕੱਖ ਡਾਰੇ ਹੋਏ ਆਓ ਬੀਬੀ ਜੀ ਕੀ ਸੇਵਾ ਕਰੀਏ ਬੇ ਭਾਈ ਮੈਨੂੰ ਤਾਂ ਪਟਿਆਲਾ ਸ਼ਾਹੀ ਮੁਰਗਾ ਚਾਹੀਦਾ ਇਹ ਪਟਿਆਲੇ ਸ਼ਾਹੀ ਮੁਰਗਾ ਬੀਬੀ ਹਰ ਕਿਸਮ ਦਾ ਮੁਰਗੇ ਆਪਣੇ ਕੋਲ ਇਹ ਪਟਿਆਲਾ ਸ਼ਾਹੀ ਦੇ ਦਿੰਦੇ ਆ ਛੇਤੀ ਕਰ ਫਿਰ ਇਹ ਬੀਬੀ ਨੂੰ ਕਿਹੜਾ ਪਤਾ ਲੱਗਣਾ ਪਟਿਆਲੇ ਸ਼ਾਹੀ ਦਾ ਇਹ ਲੋ ਬੀਬੀ ਜੀ ਪਟਿਆਲੇ ਸ਼ਾਹੀ ਮੁਰਗਾ ਨਹੀਂ ਭਾਈ ਇਹ ਨਹੀਂ ਪਟਿਆਲਾ ਸ਼ਾਹੀ ਮੁਰਗਾ ਇਹ ਕਮਾਲ ਹੈ ਯਾਰ ਇਹ ਬੀਬੀ ਦਾ ਨੱਕ ਬੜਾ ਤੇਜ ਹੈ ਇਹ ਵੇਖੋ ਇਹ ਪੱਕਾ ਪਟਿਆਲੇ ਸ਼ਾਹੀ ਹੈ ਨਹੀਂ ਭਾਈ ਇਹ ਵੀ ਨਹੀਂ ਪਟਿਆਲਾ ਸ਼ਾਹੀ ਇਹ ਅੰਮ੍ਰਿਤਸਰੀਆ ਇਹ ਆ ਦੇਖੋ ਇਹ ਤੇ ਪੱਕਾ ਪਟਿਆਲੇ ਸ਼ਾਹੀ ਆ ਹਾਂ ਭਾਈ ਇਹ ਪਟਿਆਲਾ ਸ਼ਾਹੀ ਹੈ ਪੈਕ ਕਰ ਦੇ ਤੇ ਆ ਲਫੜ ਪੈਸੇ ਇਹ ਮੰਨ ਗਏ ਬੀਬੀ ਜੀ ਬਹੁਤ ਸਾਰਾ ਸ਼ੁਕਰੀਆ ਆਂਦੇ ਜਾਂਦੇ ਰਿਹਾ ਕਰੋ ਆ ਪੰਜਾਬ ਪੁਲਿਸ ਬੇ ਹੌਲਦਾਰਾ ਤੂੰ ਇੱਥੇ ਕਿੱਥੇ ਘੁੰਮਣ ਡਿਆ ਉਹ ਬੀਬੀ ਕੈਨੇਡਾ ਆਏ ਆ ਬੇ ਤੂੰ ਹੈ ਪਿੱਛੋਂ ਕਿੱਥੋਂ ਦਾ ਉਹ ਬੀਬੀ ਦੱਸਣ ਦੀ ਕੀ ਲੋੜ ਆ ਸੁਣ ਕੇ ਹੀ ਵੇਖ ਲੈ ਬੇ ਦਰ ਫਿੱਟੇ ਮੂੰਹ ਤੇਰਾ ਭਾਈ ਮੱਛੀ ਦਾ ਤੇ ਮਜ਼ਾ ਆ ਗਿਆ ਉਹ ਗੱਲ ਇਹ ਆ ਕਿ ਤੁਸੀਂ ਇੱਥੇ ਦੋ ਸਰਦਾਰ ਤੇ ਨਹੀਂ ਵੇਖੇ ਸੰਤਾ ਬੰਤਾ ਓਏ ਇਹ ਤਾਂ ਉਹੀ ਆ ਸਾਡੇ ਕੋਲ ਵੀ ਆ ਕੇ ਗਏ ਨੇ ਪੰਜਾਬ ਸਟਾਰ ਵਾਲੇ ਨੇ ਖਬਰ ਦਿੱਤੀ ਉਹਨਾਂ ਦੀ ਆ ਵੇਖ ਆਹੀ ਆ ਕਮਾਲ ਦੀ ਗੱਲ ਆ ਚੋਰਾਂ ਨੂੰ ਸਨਮਾਨ ਕਰਨ ਦੇ ਇਹ ਤਾਂ ਸਾਡੇ ਵੀ ਇੱਥੇ ਮੱਛੀ ਚੋਰੀ ਖਾ ਕੇ ਗਏ ਆ ਇਹਦਾ ਮਤਲਬ ਟੋਰਾਂਟੋ ਜੀ ਆ ਅਦੇ ਅਖਬਾਰ ਮੈਨੂੰ ਮੈਂ ਹੁਣੇ ਹੀ ਲੱਭਦਾ ਇਹਨਾਂ ਨੂੰ ਜ਼ਰੂਰ ਲੱਭੋ ਕੀ ਹੋਇਆ ਉਹ ਜਾ ਯਾਰ ਕੈਨੇਡਾ ਵਾ ਤੇ ਬਾਥਰੂਮ ਵੀ ਨਹੀਂ ਲੱਭਣਾ ਕਿਤੇ ਜਲਦੀ ਕਿਤੇ ਇੱਥੇ ਕੋਈ ਬਾਥਰੂਮ ਨਹੀਂ ਹੈਗਾ ਕਿੱਦਾਂ ਕਰਾਂਗੇ ਇੰਡੀਆ ਹੁੰਦਾ ਤੇ ਜਿੱਥੇ ਮਰਜ਼ੀ ਕਰ ਲੈਂਦੇ ਇੱਥੇ ਕਰ ਲੈ ਉਹ ਪੁਲਿਸ ਨੇ ਫੜ ਲੈਣਾ ਪਤਾ ਇੱਥੇ ਕਿਆ ਨਿਕਲ ਗਿਆ ਤੂੰ ਕਰ ਮੈਂ ਧਿਆਨ ਰੱਖਦਾ ਇੱਥੇ ਇੱਧਰ ਦੇਖ ਕੈਨੇਡਾ ਦੀ ਪੁਲਿਸ ਨੇ ਆਏ ਮਰਵਾਏ ਨੇ ਮੈਨੂੰ ਇੱਥੇ ਅੰਦਰ ਕਰ ਦਿੰਦੀ ਮੈਂ ਦੇਖਦਾ ਪਿਆ ਵਾਂ ਧਿਆਨ ਰੱਖਦਾ ਵਾਂ ਜਲਦੀ ਕਰਨੀ ਜਲਦੀ ਜਲਦੀ ਯਾਰ ਜਲਦੀ ਤੂੰ ਓ ਕੀ ਹੋਇਆ ਕੀ ਹੋਇਆ ਕੈਨੇਡਾ ਦੀ ਪੁਲਿਸ ਨਹੀਂ ਇੱਧਰ ਇੰਡੀਅਨ ਪੁਲਿਸ ਘਸੀਟਾ ਹੈ ਆਹੋ
ਘਸੀਟਾ ਇੱਧਰ ਆ ਘਸੀਟਾ ਇਹਦਾ ਕੀ ਕਰੀਏ ਘਸੀਟਾ ਆਪਾਂ ਭੱਜਦੇ ਪਏ ਕਦੋਂ ਦੇ ਇਹਨੂੰ ਭਜਾਉਣਾ ਹੁਣ ਆਪਾਂ ਨੰਬਰ ਹੈਗਾ ਘਸੀਟੇ ਦਾ ਹਾਂ ਹਾਂ ਕਰ 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 ਲੈ ਤੂੰ ਗੱਲ ਕਰ ਭਜਾ ਕਿਸੇ ਤਰੀਕੇ ਹੈਲੋ ਹਾਂਜੀ 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 ਮੈਂ ਘਸੀਟਾ ਬੋਲਦਾ ਕੌਣ ਬੋਲਦਾ ਤੁਸੀਂ ਸਾਹਿਬ ਹੁਣੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਸੰਤਾ ਬੰਤਾ ਨੂੰ ਲੱਭਣ ਡਏ ਹੋ ਆਹੋ ਸਾਨੂੰ ਪਤਾ ਸੰਤਾ ਬੰਤਾ ਦਾ ਤੁਸੀਂ ਇੱਦਾਂ ਕਰੋ 110 ਪੀਚ ਵੁੱਡ ਉੱਥੇ ਪਹੁੰਚ ਜਾਓ ਉਹ ਦੋਨੋਂ ਉੱਥੇ ਹੀ ਨੇ ਸੰਤਾ ਬੰਤਾ ਓਕੇ ਹਾਂਜੀ ਜਨਾਬ ਉਹ ਤੂੰ ਪੰਜਾਬੀ ਆ ਉਹ ਮੈਂ ਜਾਣਾ ਸਟੋਨੀ ਗਰੀਕ 110 ਪੀਚ ਬੋਰਡ ਤੇ ਠੀਕ ਹੈ ਜੀ ਕਿੰਨੇ ਕੁ ਪੈਸੇ ਲੱਗਣਗੇ ਡਾਲਰ ਲੱਗਣੇ 150 ਜਨਾਬ $150 ਇਹਦਾ ਮਤਲਬ ਇੰਡੀਆ ਦਾ 5000 ਤੋਂ ਵੀ ਉੱਤੇ ਲੱਗੂਗਾ ਮੈਨੂੰ ਕੁੱਤੇ ਵੱਡਿਆ ਤੈਨੂੰ ਮੈਂ 6000 ਦਵਾਂ ਮੈਂ ਕੋਈ ਹੋਰ ਸਕੀਮ ਲੜਾਉਣਾ ਤੂੰ ਚੱਲ ਫਿਰ 6000 ਮੰਗਦਾ ਤੇਰੇ ਵਰਗਾ ਉੱਥੇ ਫੜਿਆ ਹੋਵੇ ਨਾ ਇੰਡੀਆ ਤੇ 6000 ਦੀ ਓਦਾਂ ਪਿਆ ਜਾਂਦਾ ਹੁਣੇ ਘਰੇ ਛੱਡ ਕੇ ਆਉਂਦੇ ਆ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬੀ ਬੋਲਦੇ ਹੋ ਹਾਂਜੀ ਮੈਨੂੰ ਪੀਜ਼ਾ ਚਾਹੀਦਾ ਸੀ ਕਿਹੜਾ ਵੈਜੀ ਚਾਹੀਦਾ ਵੈਜੀ 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 ਲਾਰਜ ਮੀਡੀਅਮ ਐਕਸਟਰਾ ਲਾਰਜ ਲਾਰਜ ਦੇ ਦਿਓ ਲਾਰਜ ਵੈਜੀ ਲਾਰਜ ਕਿੰਨੇ ਪੈਸੇ $15.35 ਚਲੋ ਠੀਕ ਹੈ ਜੀ ਡਿਲੀਵਰੀ ਕਰਾਉਣੀ ਹੈ ਜਾਂ ਪਿਕਅਪ ਕਰਨਾ ਡਿਲੀਵਰੀ ਹਾਂ ਡਿਲੀਵਰੀ ਕਰਨੀ ਹੈ ਜੀ $3 ਲੈਣੇ ਅਸੀਂ ਡਿਲੀਵਰੀ ਦੇ ਚਲੋ ਠੀਕ ਹੈ $15 ਉਹ $3 ਡਿਲੀਵਰੀ ਦੇ ਉਹ ਦੇ ਦਿਆਂਗੇ ਤੁਸੀਂ ਬੈਠੋ ਰੈਡੀ ਹੁੰਦਾ ਤੇ ਅਸੀਂ ਦੱਸਦੇ ਆ ਭਾਜੀ ਇੱਕ ਬੇਨਤੀ ਆ ਤੁਸੀਂ ਡਿਲੀਵਰੀ ਕਰਨ ਤੇ ਜਾਣਾ ਹੀ ਹੈ ਪੀਆ ਲੈ ਕੇ ਤੁਸੀਂ ਮੈਨੂੰ ਵੀ ਨਾਲ ਲੈ ਜਾਓ ਮੈਂ ਵੀ ਜਾਣਾ 10 ਮਿੰਟ ਬੈਠੋ $100 ਸਿੱਧਾ ਟੈਕਸੀ ਦਾ ਬਚਾ ਲਿਆ ਕਿਆ ਦਿਮਾਗ ਹੈ ਪੰਜਾਬੀਆਂ ਦਾ ਯਾਰ ਜਨਾਬ ਆ ਫੜੋ ਗਗੜ ਪੋਪੋ ਜੀ ਬਾਹਰ ਰੋਂਦੇ What's the problem? My father daily beats me. Please arrest him now. Oh, very bad, very bad. ਕੀ ਕਹਿੰਦਾ? ਐ ਮੁੰਡਾ ਕਹਿੰਦਾ ਇਹਦਾ ਡੈਡੀ ਇਹਨੂੰ ਰੋਜ਼ ਕੁੱਟਦਾ ਹੈ। ਕੁੱਟੇ ਨਾ ਤੇ ਹੋਰੀ ਕਰੇ ਆ ਗਗੜ ਪੋਪੋ ਜੀ ਹੱਥ ਨਹੀਂ ਲਾਣਾ। ਹੱਥ ਨਹੀਂ ਲਾਣਾ। His father can't beat him. ਇੱਥੇ ਸਾਰੇ ਕੰਮ ਹੀ ਪੁੱਠੇ ਆ ਹੈਂ ਆ ਸੋਚ ਵੀ ਪੁੱਠੇ ਆ ਡਰਾਈਵਿੰਗ ਇੱਥੇ ਪੁੱਠੇ ਆ ਸਟੀਅਰਿੰਗ ਇੱਥੇ ਪੁੱਠੇ ਆ ਸਾਰੀ ਕੈਨੇਡਾ ਹੀ ਪੁੱਠੀ ਹੋਈ ਫਿਰਦੀ ਆ ਓ ਆਈ ਥਿੰਕ ਯੂ ਆਰ ਹਾਫ ਮਾਈਂਡਡ ਕੀ ਕਹਿੰਦੇ ਜਨਾਬ ਐਸਾ ਬਾਦਰ ਕਹਿੰਦੇ ਆ ਤੁਹਾਡਾ ਦਿਮਾਗ ਅੱਧਾ ਹੈ ਸਾਡਾ ਦਿਮਾਗ ਨਹੀਂ ਅੱਧਾ ਅੱਧਾ ਦਿਮਾਗ ਹੈ ਤੁਹਾਡਾ ਜੇ ਸਾਡੇ ਕੋਈ ਪਾਗਲ ਹੋ ਜੇ ਨਾ ਉਹਨੂੰ 220 ਵੋਲਟ ਦਾ ਕਰੰਟ ਲੱਗਦਾ ਹੈ ਜੇ ਤੁਹਾਡੇ ਹੋ ਜੇ ਨਾ ਤੇ 110 ਦਾ ਫਿਰ ਹੋਇਆ ਨਾ ਤੁਹਾਡਾ ਅੱਧਾ ਮਾਈ ਗੋਡ ਠੰਡ ਵਾਕਿਆ ਬੀਬੀ ਬਹੁਤ ਆ ਗਿਆ ਪੋ ਵੱਜਣਗੇ ਉਹ ਜਿਹੜੇ ਸੌਣਗੇ ਦੋ ਕੋਈ ਆ ਗਈ ਪੀਪਾ ਜਾਂ ਤੁਰਿਆ ਆਉਂਦਾ ਘੇਰ ਹਾਂ ਇਹਨੂੰ ਚੱਲ ਵੇਖ ਲੈਣੇ ਆ ਇਹਨੂੰ ਵੀ ਆ ਜਾਣਾ ਯਾਰੀ ਕੇ ਗਾਂ ਅੱਜ ਠੰਡ ਬਹੁਤ ਆ ਚਾਹ ਪਾਣੀ ਤੇ ਬਣਾਉਣੇ ਆ ਨਾ ਮਾਰਾਂ ਬ੍ਰੇਕ ਕਿੱਦਾਂ ਪਿਓ ਵਾਲਾ ਜਹਾਜ਼ ਬਣਾਈ ਆਉਂਦੀ ਆ ਵਖਾ ਬੀਬੀ ਗੱਡੀ ਦੀ ਆਰਸੀ 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 ਕਸੀਟੇ ਆ ਆ ਗੱਡੀ ਦੇ ਪੇਪਰ ਯੂਰ ਓਨਰਸ਼ਿਪ ਮੈਮ ਓਕੇ ਓਨਰਸ਼ਿਪ 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 ਵਖਾ ਬੀਬੀ ਓਨਰਸ਼ਿਪ ਹਾਂਡੀ ਟਰੱਕ ਰਿਪੇਅਰ ਲੱਗਦਾ ਕਿਸੇ ਨਵੀਂ ਕੰਪਨੀ ਦਾ ਹੀ ਆਇਆ ਅੱਗੇ ਤੇ ਕਦੀ ਵੇਖਿਆ ਨੀ ਇਹ ਹਮਰ ਆ ਨਵਾਂ ਕਢਾਇਆ ਹੈਂਡੀ ਤਾਂ ਸਾਡੀ ਕੰਪਨੀ ਦਾ ਨਾਂ ਹੈ ਤਾਈਓ ਤਾਂ ਸ਼ੀਸ਼ੇ ਤੇ ਲਿਖਾਇਆ ਭਾਵੇਂ ਹੰਬਰ ਹੋਵੇ ਭਾਵੇਂ ਲੰਬੜ ਆ ਫੜਾ ਬੀਬਾ ਸੀ ਯੋਰ ਡਰਾਈਵਿੰਗ ਲਾਇਸੈਂਸ ਮੈਮ ਆ ਡਰਾਈਵਿੰਗ ਲਾਇਸੈਂਸ ਲੱਗਦਾ ਕਿਸੇ ਬੰਨਿਓ ਵੀ ਡਿੱਕੇ ਨੀ ਆਉਂਦੀ ਡਰਾਈਵਿੰਗ ਲਾਇਸੈਂਸ ਵੀ ਲਈ ਫਿਰਦੀ ਆ ਨਾ ਗੱਲ ਸੁਣ ਬੀਬੀ ਤੈਨੂੰ ਪਤਾ
ਇਹਦੀਆਂ ਲਾਈਟਾਂ ਨੀ ਕਾਲੀਆਂ ਕੀਤੀਆਂ? ਉਹ ਕਸੀਟਿਆ ਇੱਥੇ ਏਦਾਂ ਨੀ ਕਰਦੇ। ਕੋਈ ਗੱਲ ਨੀ, ਨਾ ਗੱਲ ਸੁਣ, ਨਾ ਤੈਨੂੰ ਪਤਾ 30 ਤੋਂ ਵੱਧ ਗੱਡੀ ਨੀ ਚਲਾ ਸਕਦੇ, ਨਾ ਮੇਰਾ ਲਾਇਸੈਂਸ ਤੇ ਮੇਰੀ ਡੇਟ ਆਫ ਬਰਥ ਨੀ ਦੇਖੀ, ਮੈਂ ਤਾਂ ਹਾਲੇ ਹੈ ਹੀ 25 ਦੀ। ਕੋਈ ਗੱਲ ਨੀ, ਕੋਈ ਹੋਰ ਫਾਜੂ। ਓ ਭਈਆ, ਤੂੰ ਰੈਡ ਲਾਈਟ ਜੋ ਲੰਘੀ ਆਉਂਦਿਆਂ ਲਾਲ ਬੱਤੀ ਜੋ, ਇਹ ਕੈਨੇਡਾ ਜਾ ਕੇ ਸੇਫਟੀ ਵਰਤ ਲਓ। ਤੁਸੀਂ ਕੈਨੇਡਾ 'ਚ ਵੀ ਸੇਫਟੀ ਨਹੀਂ ਵਰਤਦੇ, ਉੱਦਾਂ ਹੀ ਤੁਰੇ ਆਉਂਦੇ ਆ। ਕਾਕਾ, ਰੈਡ ਲਾਈਟ ਦੀ ਤਾਂ ਸੇਫਟੀ ਹੈ ਨਾ, ਉਹ ਕਿੱਦਾਂ ਭਈਆ? ਲੋਕ ਖੜੇ ਹੁੰਦੇ ਨੇ, ਅਸੀਂ ਆਰਾਮ ਨਾਲ ਨਿਕਲ ਜਾਂਦੇ। ਭਈਆ, ਤੇਰੀ ਸ਼ਕਲ ਤਾਂ ਜਾਣੀ ਪਛਾਣੀ ਲੱਗਦੀ ਆ, ਤੇਰਾ ਨਾਂ ਕੀ ਹੈ? ਮੈਨੂੰ ਜੀ ਰਮਤਾ ਕਹਿੰਦੇ ਨੇ। ਉਹ ਰਮਤਾ ਸਿੰਗਰ? ਹਾਂਜੀ, ਬਾਬਾ ਰਮਤਾ, ਇਹ ਸਾਡੇ ਪੰਜਾਬ ਦੇ ਸਿੰਗਰ ਰਮਤਾ ਜੀ। ਰਮਤਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਕਦੇ ਚਲਾਣ ਹੀ ਨਾ ਕਰ ਦਿਆ ਜੀ। ਹਾਂਜੀ, ਤੇ ਫਿਰ ਗਾਣੇ ਸੁਣਾ ਦਿਓ ਅੱਜ। ਅੱਛਾ, ਐਤਵਾਰ ਦਿਨ ਵੇਲਾ ਵੇਖ ਕੇ ਰਮਤਾ ਲੱਗਾ ਜੰਮਣ, ਖੁਸ਼ੀ ਚ ਖੋਤੇ ਹੀਂਗ ਪੈ ਤੇ ਕੰਧਾਂ ਲੱਗੀਆਂ ਕੰਬਣ, ਮੱਸਿਆ ਵਾਲੀ ਰਾਤ ਨੂੰ ਜੰਮਣ ਦੀ ਕਰ ਲਈ ਤਿਆਰੀ, ਹਾਲੇ ਜੰਮਣ ਲੱਗਾ ਈ ਸਾਂ ਤਾਂ ਛਿੱਕ ਗਵਾਂਢਣ ਮਾਰੇ, ਗੋਣੀ ਹੋਈ ਖਰਾਬ ਵੇਖ ਕੇ ਸਾਹ ਆਪਣੇ ਸੋਗੇ ਹੈ, ਲਾ ਦੀ ਫੇਰ ਬ੍ਰੇਕ ਯਾਰ ਜੀ ਆਪਾਂ ਉੱਥੇ ਰੋਕ ਗਏ। ਯਾਰ ਚੰਗੇ ਕੈਨੇਡਾ ਆਏ ਆ, ਸਵੇਰ ਦੇ ਭੁੱਖੇ ਫਿਰਨ ਦੇ, ਕੁਝ ਲੱਭਣ ਨੀ ਦਿਆ ਖਾਣ ਨੂੰ, ਨਾ ਕੋਈ ਇੰਡੀਅਨ ਰੈਸਟੋਰੈਂਟ ਆ, ਉਹ ਲੱਗਦਾ ਕੋਈ ਆਪਣੀ ਬੀਬਾ ਪੰਜਾਬੀ ਤੁਰੀ ਆਉਂਦੀ ਆ। ਤੁਸੀਂ ਪੰਜਾਬ ਪੁਲਿਸ ਇੱਥੇ? ਜੀ, ਮੈਂ ਤੇ ਨਾ ਅਸਲ ਚ ਸੰਤੇ ਬੰਤੇ ਨੂੰ ਫੜਨ ਆਇਆ। ਪਲੀਜ਼ ਮੇਰੀ ਇੰਨੀ ਕੁ ਹੈਲਪ ਕਰ ਦਿਓ, ਜਾ ਕੇ ਮੈਨੂੰ ਰੈਸਟੋਰੈਂਟ ਚ ਲੈ ਜਾਓ। ਨਹੀਂ ਨਹੀਂ, ਕੋਈ ਨਾ, ਤੁਸੀਂ ਫਿਕਰ ਨਾ ਕਰੋ। ਅੱਛਾ, ਸਾਰੀ ਗੱਲ ਸਮਝ ਚ ਆ ਗਈ ਮੈਨੂੰ। ਤਾਂ ਤੁਸੀਂ ਤਾਂ ਇਹ ਦੇਖੋ, ਸਾਡੇ ਵਤਨ ਤੋਂ ਆਏ ਹੋ, ਸਾਡੇ ਮਹਿਮਾਨ ਹੋ, ਸਾਡਾ ਫਰਜ਼ ਬਣਦਾ। ਮੈਡਮ ਜੀ, ਇਹ ਗੁੱਸਾ ਨਾ ਕਰੇ ਤੇ ਇੱਕ ਗੱਲ ਪੁੱਛੇ ਮੈਂ ਜੀ। ਜ਼ਰੂਰ। ਤੁਸੀਂ ਕਿਤੇ ਉੱਥੇ ਪ੍ਰੋਗਰਾਮ ਨਹੀਂ ਕਰਦੇ ਹੁੰਦੇ ਟੀਵੀ ਤੇ? ਜੀ ਹਾਂਜੀ, ਬਿਲਕੁਲ। ਉਹ ਜਲੰਧਰ ਦੂਰਦਰਸ਼ਨ ਲਿਸ਼ਕਾਰਾ ਪ੍ਰੋਗਰਾਮ ਵਾਲੇ? ਹਾਂਜੀ। ਇਹ ਤੁਹਾਡਾ ਕੀ ਨਾਂ ਹੈ? ਨਵਜੋਤ। ਬੈਠੋ ਪਲੀਜ਼। ਨਵਜੋਤ ਜੀ, ਕੈਨੇਡਾ ਤੇ ਰੰਗਲਾ ਮੁਲਕ ਹੈ, ਤੁਸੀਂ ਤਾਂ ਕੈਨੇਡਾ ਵਾਲੇ ਮੌਜਾਂ ਕਰਦੇ ਪਏ ਹੋ। ਪੰਜਾਬ ਦੀ ਸਾਰੀ ਜਵਾਨੀ ਹਾੜੇ ਬਾਹਰ ਆਉਣ ਨੂੰ ਲੈਂਦੀ, ਸਾਰੇ ਭੁਲੇਖੇ ਲੱਥ ਜਾਂਦੇ ਜਦੋਂ ਮਿਹਨਤ ਕਰਨੀ ਪੈਂਦੀ, ਤੇ ਇਹ ਮਿਹਨਤ ਉਹ ਫਿਲਮਾਂ ਵਾਲੀ ਤੇ ਕਿਤਾਬਾਂ ਵਾਲੀ ਹੈ ਨੀ, ਟੁੱਟ ਟੁੱਟ ਮਰਨਾ ਤੇ ਮਰ ਮਰ ਜਿਉਣਾ ਸਾਰੀ ਦੁਨੀਆ ਸਹਿੰਦੀ। ਕਿੱਥੇ ਪੰਗਾ ਲੈ ਲਿਆ? ਬਾਹਰਲੇ ਮੁਲਕੀ ਸਭ ਕੁਝ ਮਿਲਦਾ, ਘਰ ਕਾਰ ਦੌਲਤਾਂ ਸ਼ੋਹਰਤ, ਪਰ ਸੀਨੇ ਵਿੱਚ ਹੰਝੂ ਵੱਸਦੇ ਤੇ ਅੱਖ ਹੈ ਹੱਸਦੀ ਰਹਿੰਦੀ। ਇੰਡੀਆ ਵਾਲਿਆਂ ਨੂੰ ਜਿੰਨਾ ਮਰਜ਼ੀ ਦੱਸੀਏ, ਖਪੀਏ, ਸੱਚ ਸਮਝਾਈਏ, ਕਹਿੰਦੇ ਭੈਣੇ ਜੇ ਤੂੰ ਇੰਨੀ ਔਖੀ ਤੂੰ ਕਿਉਂ ਨੀ ਵਤਨੀ ਰਹਿੰਦੀ? ਚਲੋ ਛੱਡੋ, ਇਹ ਗੱਲਾਂ ਬਾਤਾਂ ਤਾਂ ਇਉਂ ਹੀ ਚੱਲਦੀਆਂ ਰਹਿਣੀਆਂ ਨੇ। ਤੁਸੀਂ ਐਂ ਦੱਸੋ ਵੀ ਆਪਣੇ ਮੁਲਕ ਦੀ ਮਿੱਟੀ ਦਾ ਕੀ ਹਾਲ ਆ? ਆਪਣੇ ਮੁਲਕ ਦੀ ਮਿੱਟੀ ਦੇ ਜੀ ਇੰਨਾ ਪਿਆਰ ਕਰਦੀ ਏ, ਇੰਨਾ ਪਿਆਰ ਕਰਦੀ ਏ, ਇੱਕ ਵਾਰ ਸਰੀਰ ਨਾਲ ਚੰਬੜ ਜਾਵੇ ਸੀ ਮਿੱਟੀ, ਮੁੜ ਕੇ ਦੇਣਾ ਸਾਬਣ ਮਲ ਮਲ, ਸਾਬਣ ਮਲ ਮਲ, ਜਿੰਨਾ ਮਰਜ਼ੀ ਮਲੀ ਜਾਓ, ਉਹ ਨਹੀਂ ਮਾਂ ਦੀ ਧੀ ਲੈਂਦੀ। ਓ ਐਕਸਕਿਊਜ਼ ਮੀ, ਮੈਨੂੰ ਲੱਗਦਾ ਮੇਰਾ ਫੋਨ ਆਇਆ। ਹੈਲੋ, ਐਕਸਕਿਊਜ਼ ਮੀ, ਮਾਫ ਕਰਨਾ, ਮੈਂ ਇੱਕ ਮਿੰਟ। ਚਲੋ ਮਾਫ ਕਰ। ਏ ਵੇਟਰ, ਓ ਸਰ, ਵਾਟ ਕੈਨ ਆਈ ਗੈਟ ਫॉर ਯੂ? ਏ ਮੀਟ ਮੀਟ ਮਿਲ ਜੂ? ਮੀ, ਯੂ ਆਰ ਮੀ? ਓ ਯਾ, ਓਕੇ, ਵਨ ਸੈਕਿੰਡ, ਵਨ ਮੋਮੈਂਟ, ਓਕੇ, ਨੋ ਪ੍ਰੋਬਲਮ, ਹੇਅਰ ਯੂ ਗੋ ਸਰ। ਯਾਰ ਪਤਾ ਨਹੀਂ ਲੱਗਦਾ ਆ ਮੀਟ ਕਿੱਦਾਂ ਦਾ। ਵੇਟਰ, ਯੈਸ, ਯੂ ਹੈਵ ਅ ਪ੍ਰੋਬਲਮ? ਏ ਆ ਮੀਟ, ਮੀਟ ਕਿਹੜਾ, ਮੀਟ ਕਿਹੜਾ? ਆਈ ਡੋਨਟ ਅੰਡਰਸਟੈਂਡ। ਓ ਯਾਰ, ਮੈਂ ਇਹਨੂੰ ਹੁਣ ਕੀ ਦੱਸਾਂ, ਕਿੱਦਾਂ ਦੱਸਾਂ? ਏ ਹਾਂ, ਨੋ ਨੋ ਨੋ, ਚਿਕਨ ਨੋ। ਏ ਫਿਰ ਕਿਹੜਾ ਹੋਊ? ਫਿਰ ਬੱਕਰੀ ਦਾ ਹੀ ਨਾ ਹੋਵੇ। ਬੱਕਰੀ ਦਾ? ਨੋ ਲੈਮ, ਨੋ ਲੈਮ। No, no, beef. No, no gaan, no beep. Phir kada? Kutta!
ਯਾਰ ਸਵੇਰ ਦੇ ਇੱਥੇ ਖੜੇ ਆ ਲਿਫਟ ਲੈਣ ਨੂੰ, ਕੋਈ ਨੀ ਲਿਫਟ ਦੇਣ ਦਿਆ। ਇੰਡੀਆ ਚ ਹੁੰਦੇ ਨਾ ਉੱਥੇ ਮਾੜਾ ਜਿਹਾ ਡੰਡਾ ਘੁਮਾਈ ਦਾ ਲਿਫਟਾਂ ਦੇ ਢੇਰ ਲੱਗ ਜਾਂਦੇ ਆ। ਚੰਗੇ ਕੈਨੇਡਾ ਚ ਆਏ ਆ, ਆ ਕੋਈ ਲਿਫਟ ਹੀ ਨੀ ਦੇਣ ਦਿਆ। ਵੇਖਦੇ ਆ ਯਾਰ ਕੋਈ ਨਾ ਕੋਈ ਹੜੂ ਹੀ। ਸਤਿ ਸ਼੍ਰੀ ਅਕਾਲ ਜੀ। ਉਹ ਕੀ ਹਾਲ ਚਾਲ ਜੀ, ਤੁਸੀਂ ਇੱਥੇ ਖੜੇ ਆ? ਉਹ ਖੜਨਾ ਕੀ ਯਾਰ, ਲਿਫਟ ਲੈਣ ਨੂੰ ਖੜਾ ਹੈ? ਚੰਗੀ ਤੁਹਾਡੀ ਕੈਨੇਡਾ ਕੋਈ ਲਿਫਟ ਹੀ ਨੀ ਦੇਣ ਦਿਆ। ਉਹ ਮਹਾਰਾਜ ਇੱਥੇ ਰਾਈਡ ਏਦਾਂ ਨੀ ਮਿਲਦੀ, ਇੱਥੇ ਰਾਈਡ ਪੜ੍ਹੇ ਲਿਖੇ ਬੰਦੇ ਨੂੰ ਮਿਲਦੀ ਆ। ਪੜ੍ਹੇ ਲਿਖੇ ਨੂੰ? ਉਹ ਮੈਂ 10 ਪੜ੍ਹਿਆ ਹੌਲਦਾਰ ਹਾਂ, ਹਜੇ ਕਹਿੰਦਾ ਪੜ੍ਹਿਆ ਲਿਖਿਆ। ਹੋਰ ਪੜ੍ਹਿਆ ਲਿਖਿਆ ਕਿਦਾਂ ਦਾ ਚਾਹੀਦਾ? ਚਲੋ ਫਿਰ ਵੇਟ ਕਰੋ, ਵੇਖੋ ਮਿਲਦੀ ਕਿ ਨਹੀਂ ਮਿਲਦੀ। ਕੋਈ ਗੱਲ ਨੀ, ਵੇਖ ਲੈਨੇ ਆ। ਸਤਿ ਸ੍ਰੀ ਅਕਾਲ। ਓਏ ਰੁਕ ਜਾ ਰੁਕ ਜਾ, ਗੱਡੇ ਵਾਲਿਆਂ ਨੂੰ ਗੱਡੀਆਂ ਮਿਲੀਆਂ, ਕਿੱਦਾਂ ਆਉਂਦਾ ਮੂੰਹ ਚੁੱਕੀ। ਬੋਤਲ ਆ ਜੂਗੀ ਹੁਣ। ਓਏ ਬੋਤਲ, ਮੈਂ ਤੇ ਰਾਈਡ ਲੈਣੀ, ਤੁਸੀਂ ਮੈਨੂੰ ਪੈਸੇ ਫੜਾਈ ਜਾਂਦੇ ਆ। ਹਾਂ ਨਿੱਕੂ ਜਾ, ਕਿੱਡੀ ਗੱਡੀ ਵੱਡੀ ਨੱਪੀ ਆਉਂਦਿਆ, ਆ ਜਾ ਉਰੇ। ਓਏ ਮੈਂ ਹੈ, ਇਹ ਵੀ ਪੈਸੇ ਫੜਾ ਗਿਆ। ਓ ਆਉਂਦਾ ਹੀ ਟੈਕਸੀ ਜੋਗੇ ਪੈਸੇ ਇਕੱਠੇ ਹੋ ਗਏ। ਅੱਛੇ ਫੋਨ ਦਿਖਾਓਗੇ। ਲਓ ਜੀ, ਇਹ ਹੈ ਬਲੈਕਬੈਰੀ, ਬਹੁਤ ਹੀ ਵਧੀਆ ਫੋਨ ਹੈ ਜੀ। ਕਿਹੜਾ ਬੈਰੀ? ਬਲੈਕਬੈਰੀ। ਬਲੈਕ ਸਾਡੇ ਉੱਥੇ ਬਲੈਕ ਮਨੀ ਹੁੰਦੀ ਹੈ। ਕਿੰਨੇ ਦਾ ਇਹ? 499.99 ਦਾ ਜੀ। ਤਕਰੀਬਨ 20-25 ਹਜ਼ਾਰ ਬਣ ਗਿਆ। 20-25 ਹਜ਼ਾਰ ਰੁਪਇਆ, ਸਸਤਾ ਹੀ ਆ। ਬਹੁਤ ਸਸਤਾ ਜੀ। ਠੀਕ ਹੈ, ਕੋਈ ਹੋਰ ਦਿਖਾਓ ਮਾਡਲ, ਹੋਰ ਅੱਛਾ। ਇਹ ਹੈਗਾ ਜੀ ਇੱਕ ਵਧੀਆ ਮਾਡਲ। ਇਹ ਕਿੰਨੇ ਦਾ? ਇਹ ਸੇਮ ਪ੍ਰਾਈਜ਼ ਹੈ ਜੀ। ਸੇਮ ਪ੍ਰਾਈਜ਼, ਕੋਈ 500 ਕੋਡਾ ਠੀਕ ਰਹੇਗਾ। ਠੀਕ ਆ, ਇਹ ਪੈਕ ਕਰ ਦਿਓ, ਪੈਕ ਕਰ ਦਿਓ। ਥੈਂਕ ਯੂ ਸਰ। ਵੈਰੀ ਗੁੱਡ, ਵੈਰੀ ਗੁੱਡ। ਵੈਸੇ ਉਹ ਛੋਟਾ ਵੀ ਠੀਕ ਲੱਗੇਗਾ ਨਹੀਂ? ਛੋਟਾ ਉਹ ਦੂਜਾ ਲੈ ਲਾ, ਦੂਜਾ ਲੈ ਲਾ, ਨੋ ਪ੍ਰੋਬਲਮ। ਤੁਹਾਨੂੰ ਤਕਲੀਫ ਦੇਣੀ? ਨਹੀਂ ਨਹੀਂ ਕੋਈ ਨਹੀਂ ਸਰ, ਨੋ ਪ੍ਰੋਬਲਮ। ਚੇਂਜ ਕਰ ਦਿਓ, ਦੂਸਰਾ ਪੈਕ ਕਰ ਦਿਓ। ਉਹ 499.99 ਲਓ ਜੀ। ਸੇਮ ਪ੍ਰਾਈਜ਼ ਹੈ ਨਾ? ਸੇਮ ਪ੍ਰਾਈਜ਼। ਓਕੇ, ਵਾਟ ਇਜ਼ ਯੂਰ ਨੇਮ? ਨਰੇਸ਼ ਮਹਾਜਨ। ਨਰੇਸ਼, ਥੈਂਕ ਯੂ, ਥੈਂਕ ਯੂ, ਵੈਲਕਮ, ਵੈਲਕਮ। ਬਿੱਲ? ਵਾਟ ਬਿੱਲ? ਯੂ ਡੋਂਟ ਅੰਡਰਸਟੈਂਡ, ਅਸੀਂ ਵਾਪਸ ਕਰ ਦਿੱਤਾ ਨਾ ਤੁਹਾਨੂੰ। ਇਹ ਤਾਂ ਤੁਸੀਂ ਵਾਪਸ ਕਰਤਾ ਜੀ। ਸੇਮ ਪ੍ਰਾਈਸ ਨਾ? ਸੇਮ ਪ੍ਰਾਈਸ, 499.99 ਸੈਂਟ, 499.99 ਸੈਂਟ। ਇੱਕ ਦਿੱਤਾ, ਉਹਦੇ ਬਦਲੇ ਆਪਾਂ ਲੈ ਲਿਆ। ਪਰ ਇਹਦਾ ਬਿੱਲ ਉਹ ਵਾਪਸ ਕਰ ਦਿੱਤਾ। ਉਹ ਲਿਆ ਹੀ ਨਹੀਂ ਆਪਾਂ। ਲਿਆ ਹੀ ਨਹੀਂ? ਇਹ ਲਿਆ ਨਹੀਂ, ਉਹ ਵਾਪਸ ਕਰਤਾ। ਤੁਸੀਂ ਸਮਝੇ ਨਹੀਂ ਗਏ, ਇਹ ਪਸੰਦ ਨਹੀਂ ਆਪਾਂ, ਸਾਨੂੰ ਇਹ ਅੱਛਾ ਨਹੀਂ ਲੱਗਾ। ਅੱਛਾ ਨਹੀਂ ਲੱਗਾ? ਹਾਂ, ਆਪਾਂ ਲੈ ਲਿਆ, ਇਹ ਲਿੱਤਾ ਨਹੀਂ, ਇਹਦੇ ਪੈਸੇ ਨਹੀਂ ਦੇਣੇ ਆਪਾਂ। ਮੈਡਮ ਇਹ ਸਮਝ ਨਹੀਂ ਰਹੇ। ਸਮਝੇ ਨਹੀਂ? ਇਹ ਲਿਆ ਨਹੀਂ, ਉਹ ਵਾਪਸ ਕਰਤਾ। ਤੁਸੀਂ ਆਰਾਮ ਨਾਲ, ਤੁਸੀਂ ਆਰਾਮ ਨਾਲ ਬੈਠ ਕੇ ਸਮਝ ਲਓ, ਕੋਈ ਗੱਲ ਨਹੀਂ, ਬਹੁਤ ਟਾਈਮ ਹੈ। ਓਕੇ ਓਕੇ ਓਕੇ, ਬਾਏ। ਇਹ ਦਿੱਤਾ, ਉਹ ਲਿਆ, ਇਹਦੇ ਬਦਲੇ ਆ, ਕੁਝ ਸਮਝ ਲੱਗੀ? ਓਏ ਕੀ ਜਨਾਬ, ਕੀ ਹਾਲ ਚਾਲ ਹੈ? ਠੀਕ ਜਨਾਬ, ਤੁਸੀਂ ਪੰਜਾਬ ਪੁਲਿਸ, ਕੈਨੇਡਾ ਚ ਕਿੱਦਾਂ? ਆ ਇੱਕ ਕੰਫਿਊਜ਼ਨ, ਆ ਫੋਨ ਮੈਂ ਤੁਹਾਨੂੰ ਇੱਕ ਦਿੱਤਾ। ਆ ਤੂੰ ਇਹ ਦਿੱਤਾ? ਤੁਸੀਂ ਆ ਵਾਪਸ ਦਿੱਤਾ? ਹਾਂ। ਤੇ ਆ ਲਿੱਤਾ? ਇਹ ਲਿੱਤਾ। ਤੇ ਇਹਦਾ ਬਿੱਲ? ਇਹ ਤੈਨੂੰ ਵਾਪਸ ਕਰਦਾ ਇਹਦਾ ਕਦਾ ਬਿੱਲ? ਇਹਦਾ ਬਿੱਲ? ਇਹ ਤੂੰ ਮੈਨੂੰ ਆਪ ਦਿੱਤਾ? ਚੰਗਾ ਫਿਰ। ਉਹ ਵੀ ਇੱਦਾਂ ਲੈ ਗਏ? ਕੌਣ? ਉਹ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ। ਪਹਿਲਾਂ ਇੱਥੇ ਆਇਆ ਕੋਈ? ਹਾਂਜੀ ਜਨਾਬ। ਲੱਗ ਗਿਆ ਪਤਾ ਮੈਨੂੰ, ਮੋਬਾਈਲ ਦਾ ਡੱਬਾ ਸੁੱਟ ਕੇ ਇੱਧਰ ਨੂੰ ਭੱਜੇ ਆ।
ਸਤਿ ਸ਼੍ਰੀ ਅਕਾਲ ਜੀ, ਬੜੀ ਹਫੀ ਹੋਈ, ਸਤਿ ਸ਼੍ਰੀ ਅਕਾਲ, ਬੜੇ ਸਾਹ ਚੜੇ ਨੇ, ਸ਼ੁਕਰ ਕੀਤਾ ਜੀ ਸਾਨੂੰ ਕੋਈ ਪੰਜਾਬੀ ਭਰਾ ਮਿਲਿਆ ਕੈਨੇਡਾ ਚ। ਇੱਥੇ ਤੇ ਮਹਾਰਾਜ ਕੋਈ ਗੋਰਾ ਦਿਸ ਪਏ ਲੋਕੀ ਤਾਂ ਸ਼ੁਕਰ ਕਰਦੇ ਨੇ, ਵਰਨਾ ਪੰਜਾਬੀ ਤੇ ਉਹ ਕਹਿੰਦੇ ਨਾ ਵੀ ਇੱਟ ਪੁੱਟੋ ਤੇ ਪੰਜਾਬੀ ਨਹੀਂ, ਸੱਚ ਹੋਣ ਤੇ ਇੱਟ ਪੁੱਟਣ ਦੀ ਲੋੜ ਵੀ ਨਹੀਂ ਪੈਂਦੀ, ਇੱਟ ਚੋਕੇ ਜਿੱਧਰ ਮਰਜ਼ੀ ਸੁੱਟੋ ਪੰਜਾਬੀ ਦੇ ਵੱਜਦੀ ਜਾ ਕੇ। ਗੱਲ ਤਾਂ ਤੁਹਾਡੀ ਠੀਕ ਹੈ, ਪਰ ਸਾਡੇ ਮਗਰ ਪੰਜਾਬ ਪੁਲਿਸ ਲੱਗੀ ਹੈ। ਪੰਜਾਬ ਪੁਲਿਸ ਤੁਹਾਡੇ ਪਿੱਛੇ? ਇਹਨੂੰ ਮਗਰ ਲਾ ਲਿਆ ਜੀ, ਇਹਨੂੰ ਉੱਥੇ 100-200 ਦੇ ਕੇ ਕੰਮ ਨਿਬੇੜ ਦਿੰਦਾ। ਇੰਡੀਆ ਤੋਂ ਭੱਜੇ, ਇੰਡੀਆ ਤੋਂ ਸਾਡੇ ਮਗਰ ਪੰਜਾਬ ਪੁਲਿਸ ਲੱਗੀ ਹੈਗੀ ਹੈ। ਪੰਜਾਬ ਪੁਲਿਸ ਤੁਹਾਡੇ ਪਿੱਛੇ ਕਿਉਂ ਲੱਗੀ ਹੈ ਬਈ? ਪਤਾ ਨਹੀਂ ਜੀ, ਸਾਡਾ ਮੁਕਾਬਲਾ ਕਰਕੇ ਰਹਿਣਾ, ਸਾਨੂੰ ਮਾਰਨਾ ਚਾਹੁੰਦੇ ਨੇ। ਭਾਜੀ ਮੈਂ ਹੱਥ ਚੋੜ ਕੇ ਕਹਿੰਦਾ ਜੀ, ਇੱਥੋਂ ਲਾਸ਼ਾਂ ਵੀ ਬੜੀਆਂ ਮਹਿੰਗੀਆਂ ਜਾਂਦੀਆਂ, ਸਾਨੂੰ ਬਚਾ ਲਓ, ਸਾਨੂੰ ਬਚਾ ਲਓ, ਇੱਥੇ ਕਰੋ ਨਾ। ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਮਗਰ ਆ ਰਿਹਾ ਪੁਲਿਸ ਵਾਲਾ, ਤੁਸੀਂ ਇੱਦਾਂ ਕਰੋ, ਇੱਧਰ ਇੱਧਰ ਪਿਛਲੇ ਪਾਸੇ ਨਿਕਲ ਜਾਓ, ਮੈਂ ਆਪੇ ਦੇਖਦਾ ਇਹਨੂੰ, ਨਿਕਲ ਜਾਓ ਯਾਰ, ਜਲਦੀ ਨਿਕਲੋ, ਮੈਂ ਦੇਖਦਾ ਨਾ, ਆਈ ਵਿਲ ਸੀ ਟੂ ਇਟ। ਮੇਰਾ ਨਾਂ ਹੌਲਦਾਰ ਘਸੀਟਾ, ਉਹ ਤੈਨੂੰ ਆ ਲਾਲ ਨੀਲੀ ਪੱਗ ਵੇਖ ਕੇ ਡਰ ਨਹੀਂ ਲੱਗਾ? ਡਰਨਾ ਕਾਹਦਾ ਅਫਸਰੋ, ਵੇਖੋ ਜੀ ਕੈਨੇਡਾ ਦੀ ਧਰਤੀ ਆ, ਮਿਹਨਤ ਕਰੀ ਦੀ ਆ, ਸੱਜਰੀ ਕਮਾਈ ਦੀ ਆ, ਸੱਜਰੀ ਖਾਈ ਦੀ, ਡਰ ਵਾਲੀ ਕਿਹੜੀ ਗੱਲ? ਮੈਂ ਕੁੱਟਦਾ ਘੱਟ ਤੇ ਘਸੀਟਦਾ ਜ਼ਿਆਦਾ ਹੁੰਦਾ। ਤੇ ਫਿਰ ਮੈਂ ਵੀ ਦੱਸਦਿਆਂ ਜੀ, ਇਹ ਤੁਹਾਡਾ ਹਿੰਦੁਸਤਾਨ ਹੀ, ਕੈਨੇਡਾ ਦੀ ਧਰਤੀ, ਉਹਨਾਂ ਤੁਸੀਂ ਥਾਣਿਆਂ 'ਚ ਨਹੀਂ ਘਸੀਟਦੇ ਜਿੰਨਾ ਇੱਥੋਂ ਦੀ ਕੋਰਟ ਘਸੀਟਦੀ ਏ ਪੁਲਿਸ ਅਫਸਰ ਸਾਹਿਬ। ਓਏ ਤੂੰ ਕੌਣ ਆ ਸਰਕਾਰੀ ਕੰਮਾਂ 'ਚ ਦਖਲ ਦੇਣ ਵਾਲਾ? ਫਾਰ ਯੋਰ ਕਾਈਂਡ ਇਨਫੋਰਮੇਸ਼ਨ ਮੈਂ ਦੱਸਦਿਆਂ ਜੀ ਤੁਹਾਨੂੰ ਕਿ ਇੱਥੇ ਤਾਂ ਜ਼ਰੂਰ ਆਪਣਾ ਬਿਜ਼ਨਸ ਕਰੀਦਾ, ਪਰ ਮੈਂ ਵੀ ਪੰਜਾਬ ਤੋਂ ਜੀ ਸਬ ਇੰਸਪੈਕਟਰ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਆਇਆ, ਅਫਸਰ ਹਾਂ ਤੁਹਾਡਾ ਮੈਂ। ਜਨਾਬ ਹੁਕਮ ਦੇ ਫਾਨੇ ਆ, ਜਿੱਥੇ ਕਹੋਗੇ ਠੁੱਕ ਜਾਗੇ। ਹੁਣ ਦੱਸ ਵੀ ਕਿੱਧਰ ਚੜ੍ਹਾਈ ਕੀਤੀ ਹੌਲਦਾਰਾ? ਜਨਾਬ ਆਉਣਾ ਕਿੱਧਰ ਆ, ਸੰਤਾ ਬੰਤਾ ਨੂੰ ਫੜਨਾ ਆ, ਡਾਕਾ ਮਾਰ ਕੇ ਇੰਡੀਆ ਤੋਂ ਭੱਜੇ ਆ, ਲੁੱਚੇ ਲਫੰਗੇ ਆ, 2 ਨੰਬਰ ਦੇ। ਓ ਮਾਈ ਗਾਡ, ਜਨਾਬ ਮੈਂ ਇੱਕ ਇਮਾਨਦਾਰ ਪੁਲਿਸ ਅਫਸਰ ਹਾਂ, ਮੇਰੀ ਤੇ ਹੁਣ ਨੌਕਰੀ ਦਾ ਸਵਾਲ ਆ, ਮੇਰੇ ਤੇ ਛੋਟੇ ਛੋਟੇ ਬੱਚੇ ਵੀ ਆ, ਮੇਰੀ ਤੇ ਹੁਣ ਭਾਵੇਂ ਜਾਨ ਵੀ ਚਲੀ ਜਾਵੇ ਮੈਂ ਇਹਨਾਂ ਨੂੰ ਫੜ ਕੇ ਰਹਿਣਾ, ਮੇਰੇ ਤੇ ਇੱਕ ਦੇਸ਼ ਦੀ ਇੱਜ਼ਤ ਦਾ ਵੀ ਸਵਾਲ ਹੈ ਜਨਾਬ। ਹੌਲਦਾਰਾ ਤੇਰੀਆਂ ਇਹਨਾਂ ਗੱਲਾਂ ਨੇ ਮੇਰੇ ਅੰਦਰ ਤਾਂ ਪੁਲਸੀਆ ਗੁਰਦੁਆਰਾ ਜਗਾ ਦਿੱਤਾ, ਗਲਤੀ ਤੇ ਮੇਰੇ ਕੋਲੋਂ ਹੋਈ ਹੈ, ਭਜਾਏ ਤੇ ਮੈਂ ਆਪ ਨੇ ਲੈ ਫਿਰ ਤੇਰੇ ਨਾਲ ਮੇਰਾ ਵਾਅਦਾ, ਜੇ ਭਜਾਏ ਮੈਂ ਇਹਨਾਂ ਤੇ ਲੱਭਾਂਗਾ ਵੀ ਤੇਰੇ ਨਾਲ ਮੈਂ, ਆ ਜਾ ਫਿਰ। ਤਾਂ ਫਿਰ ਚਲੋ ਜਨਾਬ। ਆ ਕੈਨੇਡਾ ਦੇ ਮੰਡਲਾ ਕੇ ਵਿੱਚ ਇੰਨਾ ਘਾਹ ਫੂਸ ਆ, ਉਹ ਕਿੱਥੋਂ ਲੱਭ ਜਾਣਗੇ? ਚਿੰਤਾ ਨਾ ਕਰ, ਲੱਭ ਕੇ ਛੱਡਾਂਗੇ ਹੌਲਦਾਰਾ, ਮੈਂ ਵੀ ਕਿਲੇ ਦੇ ਵਿੱਚ ਨਾ ਉੱਥੇ ਫਲੋਰ ਟ੍ਰੇਨਿੰਗ ਸੈਂਟਰ ਦੇ ਵਿੱਚ 3 ਸਾਲ ਡੌਗ ਸਕੁਐਡ ਦਾ ਇੰਚਾਰਜ ਰਿਹਾ, ਮੇਰੇ ਕੁੱਤੇ ਸੁੰਘ ਕੇ ਦੱਸ ਦਿੰਦੇ ਹੁੰਦੇ ਸੀ ਵੀ ਮੁਜਰਮ ਕਿੱਥੇ ਬੈਠੇ ਨੇ। ਅੱਛਾ, ਅੱਜ ਉਹਨਾਂ ਵਾਲਾ ਕੰਮ ਮੈਨੂੰ ਆਪ ਕਰਨਾ ਪੈਣਾ। ਚਿੰਤਾ ਨਾ ਕਰ, ਇਹ ਜਿਹੜੇ ਮੁਜਰਮ ਨੇ ਨਾ, ਇਹ ਅੱਖਾਂ ਖੋਲ ਕੇ ਨਹੀਂ ਨਾਸਾਂ ਖੋਲ ਕੇ ਲੱਭਣੇ। ਨਾਸਾਂ ਖੋਲ ਕੇ? ਅੱਖਾਂ ਬੰਦ ਕਰ ਲੈ, ਨੱਕ ਖੋਲ ਲੈ। ਅੱਛਾ, ਕਿਉਂਕਿ ਮੈਨੂੰ ਪਤਾ ਉਹਨਾਂ ਕੋਲ ਗੋਡੇ ਗੋਡੇ ਬੋ ਆਉਂਦੀ, ਆਪਾਂ ਸੁੰਘ ਕੇ ਲੱਭ ਲੈਣੇ ਨੇ ਕਿੱਥੇ ਬੈਠੇ ਨੇ। ਆਈ 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 ਫੈਨ, ਮੈਨੂੰ ਇੰਡੀਅਨ ਬੋ ਆਈ ਹੈ, ਚੁੱਕ ਜਾ, ਮੈਨੂੰ ਵੀ ਆਈ ਆ। ਬਸ ਹੁਣ ਤੂੰ ਅਫਸਰਾਂ ਨੂੰ ਫੋਲੋ ਕਰ, ਅਫਸਰਾਂ ਨੂੰ ਫੋਲੋ ਕਰ, ਬਸ ਇੱਧਰ ਨੌਰਥ ਵੱਲੋਂ ਆ ਰਹੀ, ਨੌਰਥ ਵੱਲੋਂ ਇਸ ਡਾਇਰੈਕਸ਼ਨ ਵਿੱਚ, ਇੱਧਰੋਂ ਖਬਰ ਮਿਲੀ ਹੈ ਕਿ ਮਸ਼ਹੂਰ ਠੱਗ ਸੰਤਾ ਬੰਤਾ, ਜਿਹੜੇ ਕਿ ਕਈ ਮੁਲਕਾਂ ਵਿੱਚ ਆਪਣੀਆਂ ਠੱਗੀਆਂ ਕਰਕੇ ਨੇਕ ਨਾਮੀ ਖੱਟ ਚੁੱਕੇ ਨੇ ਤੇ ਆਪਣੀ ਕੁੱਲ ਦਾ ਨਾਮ ਰੋਸ਼ਨ ਕਰ ਚੁੱਕੇ ਨੇ, ਉਹ ਕੈਨੇਡਾ ਦੇ ਟੋਰਾਂਟੋ ਵਿੱਚ ਫੜੇ ਗਏ ਨੇ। ਇਸ ਦਾ ਸਾਰਾ ਸਿਹਰਾ ਪੰਜਾਬ ਪੁਲਿਸ ਨੂੰ ਜਾਂਦਾ ਹੈ। ਉਹਨਾਂ ਨੂੰ ਫੜਨ ਲਈ ਭੇਜੇ ਗਏ ਹੌਲਦਾਰ ਘਸੀਟਾ ਨੂੰ ਕੈਨੇਡਾ ਸਰਕਾਰ ਨੇ ਇਸ ਬਹਾਦਰੀ ਵਜੋਂ ਅਵਾਰਡ ਦੇ ਨਾਲ ਨਵਾਜਿਆ ਹੈ। ਹੌਲਦਾਰ ਘਸੀਟਾ ਨੇ ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ, ਤੇ ਦਰਅਸਲ ਗੱਲ ਇਹ ਆ ਜੀ ਕਿ ਮੈਂ ਇਹਨੂੰ ਕੈਨੇਡਾ ਭੇਜਿਆ ਸੀ ਤੇ ਮੈਂ ਇਹਨੂੰ ਕਿਹਾ ਸੀ ਉੱਥੋਂ ਮੇਰੇ ਲਈ ਇੱਕ ਵਧੀਆ ਜੀ ਜੀਨ ਲੈ ਕੇ ਆਈ ਤੇ ਨਾਵਲ ਜੀਨ ਲੈ ਕੇ ਆ ਗਿਆ। ਹੌਲਦਾਰ ਘਸੀਟਾ ਜੀ, ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਹਰੇਕ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਕਿ ਤੁਹਾਡੀ ਕਾਮਯਾਬੀ ਦੇ ਪਿੱਛੇ ਵੀ ਕਿਸੇ ਔਰਤ ਦਾ ਹੱਥ ਹੈ? ਮੇਰੇ ਪਿੱਛੇ ਜਿਹਦਾ ਹੱਥ ਹੈ, ਪਰ ਉਹ ਮੈਂ ਉਹ ਹੈ, ਦੱਸਦੇ ਉਹ ਹੈ ਜੀ ਇਮਾਨਦਾਰ। ਜੈ ਹਿੰਦ।